ਵਾਹਿਗੁਰੂ 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 ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ
ਜਪਾਵੋ, ਆਪਣਾ ਨਾਮ ਜਪਾਵੋ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਮੋਹੇ ਪਰਦੇਸਣ ਦੂਰ ਤੇ ਆਈ, 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 ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ। ਅੱਜ ਤੱਕ ਜਿਨ੍ਹਾਂ ਜਿਨ੍ਹਾਂ ਦੀ ਅੱਖ ਖੁੱਲ੍ਹੀ, ਸਮਝਦੇ ਹੋ ਇਸ ਗੱਲ ਨੂੰ, ਅਧਿਆਤਮਕ ਅੱਖ ਜਿਨ੍ਹਾਂ ਜਿਨ੍ਹਾਂ ਦੀ ਖੁੱਲ੍ਹੀ ਹੈ ਅੱਜ ਤੱਕ ਸਮਾਜ ਵਿੱਚ, ਸੰਸਾਰ 'ਚ, ਉਹਨਾਂ ਨੇ ਨਾਮ ਤੋਂ ਬਿਨਾਂ ਕੁਛ ਨਹੀਂ ਮੰਗਿਆ, ਕੇਵਲ ਨਾਮ ਮੰਗਿਆ। ਕਬੀਰ ਜੀ ਦੀ ਖੁੱਲ੍ਹੀ, ਅਤੇ ਕਬੀਰ ਜੀ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਵੀ ਰਾਮ ਰਸਾਇਣ ਪੀਓ ਰੇ ਕਬੀਰ, ਰਾਮ ਰਸਾਇਣ ਪੀਓ ਰੇ ਕਬੀਰ। ਜਿਨ੍ਹਾਂ ਹੋਰਨਾਂ ਵੀ ਭਗਤਾਂ ਦੀ ਅੱਖ ਖੁੱਲ੍ਹੀ, ਉਹਨਾਂ ਨੇ ਮੰਗ ਇਹ ਹੀ ਰੱਖੀ ਵੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਦੇ ਖੈਰ ਬਚਨ ਚੱਲਣ ਡਿਆ। ਜਿਨ੍ਹਾਂ ਜਿਨ੍ਹਾਂ ਦੀ ਅੱਜ ਤੱਕ ਅੱਖ ਖੁੱਲ੍ਹੀ ਆ, ਖੁੱਲ੍ਹੀ ਅੱਖ ਨੇ ਨਿਬੇੜਾ ਕਰ ਲਿਆ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ। ਬੰਦ ਅੱਖ ਹੁਣ ਤੁਸੀਂ ਆਪਣੀ ਵੇਖਣੀ, ਮੈਂ ਵੀ ਵੇਖਾਂ, ਇਹ ਵੀ ਵੇਖਣ ਸਾਰੇ। ਬੰਦ ਅੱਖ 'ਚ ਕਿਸੇ ਨੂੰ ਕੋਈ ਕਹਿੰਦਾ ਹੀਰਾ ਹੈ ਅਤੇ ਇਸ ਤੇ ਰਿਹਾ ਨਹੀਂ, ਉਹ ਕਹਿੰਦਾ ਪਾ ਦੇ ਮੇਰੀ ਚੋਲੀ 'ਚ। ਇਹ ਦੁਨੀਆਂ ਦੀਆਂ ਸਾਰੀਆਂ ਵਡਿਆਈਆਂ ਬੰਦ ਅੱਖ ਨਾ ਵੇਖ ਰਿਹਾ, ਧੀਆਂ ਪੁੱਤਰ ਪਰਿਵਾਰ ਦੁਨੀਆਂ ਦੀ ਹਰ ਦੌਲਤ ਬੰਦ ਅੱਖ ਨਾ ਵੇਖ ਰਿਹਾ। ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਕਦੀ ਪੜ੍ਹੋਗੇ, ਦੁਨੀਆਂ ਕੀਆਂ ਵਡਿਆਈਆਂ, ਬੋਲੋ ਹਾਂ ਪੀ ਕੇ ਕਹਿ ਰਹੇ ਕਿ ਉੱਤੋਂ ਉੱਤੋਂ ਪੀ ਕੇ ਕਹੋ, ਦੁਨੀਆਂ ਕੀਆਂ ਕੰਮ ਨੇ ਆਵੇ ਕਾਮ, ਅਰਸ ਕੀ ਬਣਦਾ ਨਹੀਂ, ਕਿਹੜੇ ਕੰਮ ਆਉਂਦੀਆਂ ਨਹੀਂ, ਅਜੇ ਇਹ ਜਵਾਬ ਨਹੀਂ ਗਾ, ਕੇਵਲ ਅਜੇ ਇੰਨਾ ਪੜ੍ਹਨਾ ਵੀ ਦੁਨੀਆਂ ਕੀਆਂ ਵਡਿਆਈਆਂ ਕੰਮ ਨੇ ਆਵੇ ਕਾਮ, ਕਿਹੜੇ ਕੰਮ ਆਉਂਦੀਆਂ। ਮਾਇਆ ਕਾ ਰੰਗ ਸਭ ਫਿੱਕਾ, ਹੁਣ ਫਿੱਕਾ ਰੰਗ ਤੁਸੀਂ ਸਰੀਰ 'ਤੇ ਪਾ ਕੇ ਰਾਜੀ ਨਹੀਂ, ਤੁਸੀਂ ਕਹਿੰਦੇ ਹੋ ਵੀ ਗਾੜਾ ਰੰਗ ਹੋਵੇ, ਕਾਲਾ ਨੀਲਾ, ਫਿੱਕੇ ਜਿਹੇ ਰੰਗ ਨੂੰ ਤੁਸੀਂ ਪਰੇ ਕਰ ਦਿੰਦੇ ਹੋ ਫਿੱਕਾ, ਕਿਸੇ ਦਾ ਹਾਸਾ ਫਿੱਕਾ ਹੋਵੇ ਤੁਸੀਂ ਉਹਨੂੰ ਵੀ ਨਕਾਰਦੇ ਹੋ, ਫਿੱਕਾ ਜਿਹਾ ਹੱਸਦਾ ਭਾਅ ਜੀ ਫਿੱਕੀ ਜੀ ਗੱਲ ਕਰਦਾ। ਜਦੋਂ ਗੁਰੂ ਤੁਹਾਨੂੰ ਕਹਿ ਰਿਹਾ ਵੀ ਇਹ ਜਿਹੜਾ ਮਾਇਆ ਦਾ ਪ੍ਰੇਮ ਆ ਇਹ ਫਿੱਕਾ ਹੈ,
ਜਾਤੋ ਬਿਨਸ ਨਿਧਾਨ, ਜਾਤੋ ਬਚਨ ਇਹ ਚੱਲ ਰਿਹਾ ਸੀ ਵੀ ਜਿਹਦੀ ਜਿਹਦੀ ਅੱਖ ਤਾਂ ਅੱਜ ਤੱਕ ਅੱਖ ਖੁੱਲ੍ਹੀ ਗੁਰਮੁਖ ਦੀ, ਭਗਤ ਦੀ, ਨਾਮ ਜਪਣ ਵਾਲੇ ਅਭਿਆਸੀ ਦੀ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਸਵਾਇਮਨ ਹੋ ਕੇ, ਨਾਮਦੇਵ ਵਰਗੇ, ਰਵਿਦਾਸ ਵਰਗੇ, ਜੈਸਾ ਰੰਗ ਕਸੁੰਬ ਕਾ, ਕਸੁੰਬਾ ਰੰਗ ਕੱਚਾ, ਤੈਸਾ ਇਹ ਸੰਸਾਰ। ਸੰਸਾਰ ਇਹ ਨਹੀਂ ਵੀ ਆਹ ਆਹ ਝੂਠ ਹੈ, ਇਹਦੇ ਸਾਰੇ ਰੰਗ ਜਿੰਨੇ ਪ੍ਰੇਮ ਨੇ ਇਹ ਸਭ ਕੱਚਾ ਰੰਗ ਆ। ਮਗਰ ਇਹ ਪਤਾ ਕਦੋਂ ਲੱਗੂ, ਉੱਡ 'ਤੇ ਕੋ ਉੱਡਤਾ ਮਿਲੇ, ਜੀਵ 'ਤੇ ਕੋ ਜੀਵਤਾ, ਮੂਹੇ ਕੋ ਮੂਹਾ, ਤੁਰਦੇ ਕੋ ਤੁਰਦਾ। ਇਹ ਜਿੱਦਣ ਸੁਰਤ ਕਬੀਰ ਜਾਊਗਾ, ਕਬੀਰ ਸਾਹਿਬ ਵਾਲੀ ਜਗ੍ਹਾ 'ਤੇ ਜਾਊਗੀ, ਫਿਰ ਕਹੂਗੀ, ਰਵਿਦਾਸ ਵਾਲੀ ਜਗ੍ਹਾ 'ਤੇ ਕਹੂਗੀ ਵੀ ਜੈਸਾ ਰੰਗ ਕੁਸੁੰਭ ਕਾ ਕੁਸੁੰਬੇ ਫੁੱਲ ਦਾ, ਤੈਸਾ ਇਹ ਸੰਸਾਰ ਕੱਚਾ ਰੰਗ ਆ। ਇੱਕ ਛਿਨ ਵਿੱਚ ਚੜ੍ਹਦਾ ਅਤੇ ਇੱਕ ਛਿਨ ਵਿੱਚ ਉੱਤਰ ਜਾਂਦਾ। ਕਿਹਾ ਤੇਰੇ ਕੋਲ ਕਿਹੜਾ ਰੰਗ ਆ? ਰਵਿਦਾਸ ਨੂੰ ਪੁੱਛਿਆ ਵੀ ਜੇ ਦੁਨੀਆਂ ਨੂੰ ਇਹ ਰੰਗ ਚੜ੍ਹਿਆ, ਤੈਨੂੰ ਕਿਹੜਾ ਚੜ੍ਹਿਆ? ਮੇਰੇ ਰਮਈਏ ਰੰਗ ਮਜੀਠ ਕਾ, ਜਿਹੜਾ ਮੇਰੇ ਰਮਈਏ ਦਾ ਇਹ ਰੰਗ ਆ ਨਾ, ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿੰਦਾ ਰਵਿਦਾਸ ਵੀ ਇਹ ਜਿਹੜਾ ਰੰਗ ਆ ਨਹੀਂ, ਇਹ ਮਜੀਠ ਦਾ ਗਹਿਰਾ ਜ਼ਰੂਰ ਹੈ। ਇਹ ਰੰਗ ਮਜੀਠਾ ਰੰਗ ਹੈ, ਮਜੀਠਾ ਹੁੰਦਾ ਪੱਕਾ। ਮੇਰੇ ਰਮਈਏ ਰੰਗ ਅਰਦਾਸ ਕਰੋ। ਹਾਂ, ਗੁਰੂ ਰਾਮਦਾਸ ਨੇ ਕੀਤੀ, ਕੀਤੀ ਕਿੱਥੇ? ਉਹ ਤਾਂ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਵਚਨ, ਹਰ ਨਾਮਾ ਹਰ ਰੰਗ ਹੈ। ਗੁਰੂ ਰਾਮਦਾਸ ਪਾਤਸ਼ਾਹ ਪਤਾ ਨਹੀਂ ਕਿਹੜੀ ਮੌਤ 'ਚ ਡੁੱਬੇ, ਸੰਸਾਰ ਦੇ ਲੋਕਾਂ ਨੂੰ ਕਹਿੰਦੇ ਹਰ ਨਾਮਾ ਨਹੀਂ,
ਕੇਵਲ ਹਰਨਾਮਾ। ਲੋਕੋ ਸੁਣੋ, ਹਰਨਾਮ ਕੀ ਹੈ? ਰੱਬ ਦਾ ਰੰਗ ਕੋਈ ਇਹ ਨਹੀਂ ਵੀ ਤੁਸੀਂ ਲਾਲ ਰੰਗ ਮੂੰਹ 'ਤੇ ਮਲ ਲਓ ਅਤੇ ਆਖੋ ਵੀ ਰੱਬ ਦਾ ਰੰਗ ਚੜਿਆ ਹੈ। ਰੰਗ ਬਣੇ ਪ੍ਰੇਮ ਹੁੰਦਾ, ਰੰਗ ਬਣੇ ਪ੍ਰੇਮ, ਪਤਾ ਨਾ ਲੱਗ ਗਿਆ ਨਾ। ਹਰਨਾਮਾ ਗੁਰੂ ਰਾਮਦਾਸ ਮਹਾਰਾਜ ਮਸਤੀ ਦੇ ਆਲਮ ਵਿੱਚ ਮੌਜ ਵਿੱਚ ਬੈਠੇ। ਹਰਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਇਹ ਰੰਗ ਪੱਕਾ ਰੰਗ ਆ। ਹਾਂ, ਅਤੇ ਯਾਦ ਕਰਦਾ ਹੈ, ਯਾਦ ਕਰਦਾ ਹੈ ਕੌਣ? ਗੁਰੂ ਰਾਮਦਾਸ। ਉਹ ਦਿਨ, ਉਹ ਦਿਨ ਕਿਹੜੇ? ਜਿੱਦਣ ਨਿੱਕਾ ਜਿਹਾ ਲਾਹੌਰ ਤੋਂ ਆਇਆ ਸੀ, ਘੁੰਗਣੀਆਂ ਵੇਚਦਾ ਵੇਚਦਾ, ਅਤੇ ਰੰਗਣ ਵਾਲੇ ਦੀ ਨਜ਼ਰ 'ਚ ਚੜ ਗਿਆ। ਰੰਗਣ ਵਾਲੇ ਦੀ ਫਰਮਾਨ ਹੋ ਗਿਆ, ਬੜੀ ਸੰਗਤ ਆਉਂਦੀ ਸੀ, ਬੜੀ ਸੰਗਤ ਆਉਂਦੀ ਸੀ, ਬੜੀ ਸੰਗਤ ਆਉਂਦੀ ਸੀ, ਮਗਰ ਕੋਈ ਇਹ ਨਹੀਂ ਇੱਛਾ ਲੈ ਕੇ ਆਇਆ ਵੀ ਰੰਗ ਚੜਾਵੇ। ਪਤਾ ਲੱਗਾ, ਸਾਰੀ ਇੱਛਾ ਇਹ ਲੈ ਕੇ ਆਇਆ ਸੀ ਵੀ ਗੁਰੂ ਨੂੰ ਮਿਲਾਂਗੇ ਤਾਂ ਪੁੱਤ ਮਿਲਣਗੇ, ਧੀਆਂ ਮਿਲਣਗੀਆਂ, ਪਰਿਵਾਰ ਮਿਲੂਗਾ। ਪਤਾ ਲੱਗਾ, ਪਰਿਵਾਰ ਮਿਲੂਗਾ, ਦੁਨੀਆਂ ਦੇ ਸੁੱਖ ਮਿਲਣਗੇ, ਮਗਰ ਇਹ ਤਾਂ ਚੰਗੀ ਛੋਟਾ ਜਿਹਾ ਸੀ। ਇਹਨੂੰ ਤਾਂ ਅਜੇ ਪਤਾ ਹੀ ਨਹੀਂ ਸੀ ਪੁੱਤ ਮੰਗੀ ਦੇ, ਧੀਆਂ ਮੰਗੀ ਦੀਆਂ। ਬੁਲਾ ਕੇ ਕੋਲ ਇੱਕ ਦਿਨ ਗੱਲ ਨਾ ਲਾ ਕੇ, ਤੇਰੀ ਕੋਲ ਕਿਹੜੀ ਹੈ, ਕਿਹੜੀ ਕੋਲ ਚੋਣ? ਅਤੇ ਇਹ ਨਹੀਂ ਕਿਹਾ ਮੈਂ ਸੋਢੀਆਂ ਦੀ ਬੰਸ ਵਿੱਚੋਂ ਲਾਹੌਰੋਂ ਆਇਆ। ਚੁੱਪ ਰਿਹਾ, ਪਿਓ ਦਾ ਨਾਂ ਕੀ? ਚੁੱਪ ਰਿਹਾ। ਮਾਂ ਦਾ ਨਾਂ ਕੀ? ਚੁੱਪ ਰਿਹਾ। ਭਾਈ ਜੇਠਾ ਜੀ, ਰਹਿਣ ਵਾਲਾ ਕਿੱਥੋਂ ਦਾ ਹੈ? ਚੁੱਪ ਰਿਹਾ। ਫਿਰ ਪਿਆਰ ਨਾਲ ਸਿਰ ਪਲੋਸ ਕੇ ਆਖਿਆ, ਪੁੱਤ ਮੈਂ ਤੈਨੂੰ ਪੁੱਛਿਆ ਕੋਲ ਕਿਹੜੀ? ਕਹਿੰਦਾ ਗੁਰੂ। ਕੋਲ ਮੇਰੀ ਗੁਰੂ। ਪਿਓ ਦਾ ਨਾਂ ਕੀ? ਗੁਰੂ। ਮਾਂ ਦਾ ਨਾਂ ਕੀ? ਗੁਰੂ। ਹਮਰੀ, ਤੁਸੀਂ ਤਾਂ ਰੋਜ਼ ਤਾਂ ਪੜ੍ਹ ਕੇ ਵੀ ਨਾ ਪੜ੍ਹੇ, ਗੁਰੂ ਰਾਮਦਾਸ ਕਿਰਪਾ ਕਰੇ ਕਿਸੇ ਨੂੰ ਬਾਣੀ ਆਵੇ, ਬਾਣੀ ਦਾ ਰਸ ਆਵੇ। ਹਮਰੀ ਜਾਤ ਪਾਤ ਗੁਰ ਸਤਿਗੁਰੂ ਪੜ੍ਹਿਆ 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 ਮਗਰ ਕਿਹਾ ਨਹੀਂ। ਹਮਰੀ ਗੁਰ ਸਤਿਗੁਰੂ ਹਮ ਵੇਚਿਓ ਸਿਰ ਗੁਰ। ਅਸੀਂ ਗੁਰੂ ਨੂੰ ਸਿਰ ਵੇਚ ਦਿੱਤਾ, ਹੁਣ ਕੁਲ ਕਾਹਦੀ, ਜਾਤ ਕਾਹਦੀ, ਪਾਤ ਕਾਹਦੀ? ਉਹਨੇ ਆਖਿਆ ਰਹਿੰਦਾ ਕਿੱਥੇ ਆ, ਕਿਹੜੇ ਸ਼ਹਿਰ ਦਾ ਰਹਿਣ ਵਾਲਾ ਹੈ? ਚਰਨਾਂ ਵਾਲਾ ਹੱਥ ਜੋੜ ਕੇ ਆਖਿਆ ਵੀ ਇੱਥੇ ਰੱਖ ਲਓ, ਆ ਗਿਆ ਤੁਹਾਡੇ ਕੋਲ, ਇੱਥੇ ਰੱਖ ਲਓ ਮੇਰੇ ਮੀਤ ਗੁਰਦੇਵ। ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਇੱਥੇ ਰੱਖ ਲਾ। ਬੜੇ ਪਿਆਰੇ ਬਚਨ ਕੀਤੇ, ਰੰਗ ਚੜ੍ਹਨ ਲੱਗਾ ਹੈ ਜੀ, ਮੈਂ ਉਹ ਬਚਨ ਕਰਨ ਲੱਗਾ ਵੀ ਰੰਗ ਚੜ੍ਹਨ ਲੱਗਾ ਅਤੇ ਚਾੜ ਨਿਹਾਰੇ ਦੇ ਨਜ਼ਰਾਂ 'ਚ ਪੈ ਗਿਆ। ਉਹਨੇ ਕਿਹਾ ਇਹ ਇੱਕ ਬੰਦਾ ਆਇਆ, ਇਹ ਇੱਕ ਸ਼ਰਧਾਲੂ ਆਇਆ ਜਿਹਦੀ ਮੰਗ ਪੁੱਤ ਨਹੀਂ, ਧੀਆਂ ਨਹੀਂ, ਪਰਿਵਾਰ ਨਹੀਂ, ਇਹ ਤਾਂ ਕੇਵਲ ਚਰਨਾਂ ਦਾ ਭੌਰਾ ਹੈ। ਆ ਗਿਆ, ਕਿੰਨੇ ਵਜੇ ਸੁੱਤਾ ਹਾਂ ਰਾਤੀ? ਆ ਪੁੱਛਦਾ ਹੈ,
ਉਹ ਜਿਹੜਾ ਕਹਿੰਦੇ ਨਾ ਕਿਨੇ ਨਾ ਪਰਚੋ ਲਾਇਓ, ਆਹ ਗੱਲ ਕੋਈ ਨਹੀਂ ਪੁੱਛਦਾ। ਪਤਾ ਲੱਗਾ ਸਾਰੇ ਕਹਿੰਦੇ ਭੈਣ ਜੀ ਵੀਰ ਜੀ ਕਿੰਨੀ ਕੁ ਕਮਾਈ ਹੈ ਤੁਹਾਡੀ, ਕਿੰਨਾ ਕੁ ਤੁਹਾਡਾ ਸਿਸਟਮ ਬਣ ਚੁੱਕਿਆ ਹੈ, ਬੱਚੇ ਸੈੱਟ ਹੋ ਗਏ, ਘਰ ਬਣ ਗਿਆ, ਆਹ ਜਿਹੜਾ ਪਰਸ ਇਹ ਕਹੋ ਫਿਰਿਓ, ਪਰਚਾ ਆਹ ਪਰਚਾ ਇਹ ਨਹੀਂ ਲਾਉਂਦਾ, ਕੋਈ ਪਰਚਾ ਨਹੀਂ ਪਾਉਂਦਾ ਵੀ ਤੂੰ ਉੱਠਦਾ ਕਿੰਨੇ ਵਜੇ। ਉਹ ਕਹਿੰਦਾ ਜੀ ਜਦੋਂ ਦਾ ਤੁਹਾਡੇ ਕੋਲ ਆਇਆ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਖਲੋਨਾ, ਸੁੱਤਾ ਕਿੰਨੇ ਵਜੇ ਸੈਂ? ਕਹਿੰਦਾ ਜੀ ਰਾਤੀਂ 9:30 ਸੌਂ ਗਿਆ ਸਾਂ। ਕੀ ਕਰਕੇ ਸੁੱਤਾ ਸੈਂ? ਮਹਾਰਾਜ ਉਹ ਬੋਲੀ ਦੀ ਸੇਵਾ ਚੱਲਣ ਡੀ ਸੀ ਅਤੇ ਟੋਕਰੀ ਢੋਂਦਿਆਂ ਢੋਂਦਿਆਂ ਫਿਰ ਪ੍ਰਸ਼ਾਦਾ ਛੱਕ ਕੇ ਸੌਂ ਗਿਆ। ਟਾਈਮ ਤਾਂ ਬੜਾ ਬਚਦਾ ਸੀ ਤੇਰੇ ਕੋਲ, ਸੌਂ ਕਿਉਂ ਗਿਓ? ਜਾਗਤ ਸੋਇਆ ਜਨਮ ਗਵਾਇਆ, ਜਾਗਤ ਸੋਇਆ ਨੀਂਦ ਦੀ ਅਜੇ ਜ਼ਰੂਰਤ ਨਹੀਂ ਸੀ, ਜਾਗਣ ਦਾ ਸਮਾਂ ਸੀ ਅਤੇ 9:30 ਹੀ ਸੌਂ ਗਿਓ, ਇਹ ਘਾਟਾ ਕੌਣ ਪੂਰਾ ਕਰੂ? ਕਹਿੰਦਾ ਜੀ ਇਹੀ ਤਾਂ ਮੈਂ ਪੁੱਛਣ ਆਇਆ ਵੀ ਮੈਨੂੰ ਦੱਸੋ, ਮੈਂ ਵੀ ਰਾਤੀ ਲੰਮੇ ਪਿਆ ਸੋਚਦਾ ਸਾਂ ਵੀ ਇੰਨੀ ਛੇਤੀ ਸੌਂ ਚੱਲਿਆ ਅਤੇ ਅੰਦਰੋਂ ਆਵਾਜ਼ ਆਈ ਵੀ ਕੰਮ ਕੋਈ ਨਹੀਂ, ਹੁਣ ਕੰਮ ਕੀ ਕਰਾਂ? ਇਸ ਤਰ੍ਹਾਂ ਕਰ ਫਿਰ ਕੱਲ੍ਹ ਨੂੰ ਤੁਰਿਆ ਫਿਰੀ। ਸੰਗਤ ਵਿੱਚ ਜਿੰਨੀ ਸੰਗਤ ਇਕੱਠੀ ਹੁੰਦੀ ਹੈ ਨਾ, ਇਹਦੇ ਵਿੱਚੋਂ ਬਜ਼ੁਰਗ ਬੰਦੇ ਵੇਖੀ ਜਿਹੜੇ ਰਾਤ ਨੂੰ ਥੱਕ ਕੇ ਟੋਕਰੀ ਢੋਂਦੇ ਢੋਂਦੇ ਆਪਣੀਆਂ ਲੱਤਾਂ ਆਪੇ ਹੀ ਘੁੱਟਦੇ ਆ, ਖਿੰਡੇ ਤਾਂ ਨਹੀਂ ਆਪਣੀਆਂ ਲੱਤਾਂ, ਅਤੇ ਜਿਹੜਾ ਲੱਤਾਂ ਘੁੱਟਣ ਡਿਆ ਹੋਵੇ ਉਹਦੇ ਪਰ ਚਰਨਾਂ 'ਚ ਬਹਿ ਜਾਈ, ਲੱਤਾਂ ਘੁੱਟੀ ਇਹ ਰੰਗ ਚੜ੍ਹਾਉਣ ਲੱਗਾ ਜੇ, ਇਹ ਦੱਸਣ ਲੱਗਾ ਆਪਣੀ ਵਾਰਤਾ ਵੀ ਇਸ ਤਰ੍ਹਾਂ ਚੜ੍ਹਿਆ ਮੇਰੇ 'ਤੇ, ਉਹ ਲੱਤਾਂ ਘੁੱਟਣ ਲੱਗ ਪਿਆ। ਅਗਲੇ ਦਿਨ ਫਿਰ ਮੇਲ ਹੋ ਗਿਆ, ਹਾਂ ਵੀ ਰਾਤੀ ਮਿਲੀ ਗੱਲ ਕਹਾਣੀ ਕੀਤੀ, ਪੁੱਛਦਾ ਬਾਬਾ ਅਮਰਦਾਸ ਗੁਰੂ ਰਾਮਦਾਸ ਨੂੰ ਰਾਤੀ ਹੋਇਆ? ਆਂਦਾ ਹਾਂਜੀ ਪਿਤਾ ਜੀ ਸੇਵਾ ਤੁਹਾਡੀ ਕਿਰਪਾ ਨਾਲ ਮਿਲ ਗਈ, ਇੱਕ ਬਜ਼ੁਰਗ ਮਿਲ ਗਿਆ ਸੀ। ਫਿਰ ਕਿੰਨਾ ਕੁ ਟਾਈਮ ਪਹਿਲਾਂ ਸੌਂ ਗਿਓ? ਕਹਿੰਦਾ ਜੀ ਮਨ ਤਾਂ ਕਹਿੰਦਾ ਹੀ ਰਿਹਾ ਵੀ ਇੱਥੇ ਤਾਂ ਸੌਣ ਥੋੜ੍ਹਾ ਆਇਆ, ਇੱਥੇ ਤਾਂ ਤੂੰ ਖੱਟਣ ਆਇਆ ਗੁਰੂ ਦੇ ਕੋਲ, ਪਤਾ ਇੱਥੇ ਗੁਰੂ ਕੋਲ ਕੀ ਕਰਨਾ ਚਾਹੀਦਾ? ਖੱਟਣ ਆਈਦਾ ਜਾ ਤੋ, ਹਾਂ ਤੁਹਾਡਾ ਤੇ ਮੇਰਾ ਵੀ ਕੀ ਆ, ਆ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਵੇਖੋ ਕਿੰਨੇ ਸੋਹਣੇ ਵਚਨ, ਜਦੋਂ ਤੇਰਾ ਕੋਈ ਖੱਟਣ ਦਾ ਵੇਲਾ ਸੀ ਇਹਨੂੰ ਹੁਣ ਮੈਂ ਇਹੀ ਪੜ੍ਹਾਉਣਾ ਵੀ ਪੁੱਤ ਜੋ ਕੁਛ ਕਰੇ ਸੋਈ ਅਬਸਾਰ, ਹੁਣ ਹੋਣਾ ਹੈ ਜੋ ਹੋਣਾ ਹੈ। ਪਤਾ ਲੱਗਾ ਇਸ ਉਮਰ ਵਿੱਚ ਜਾ ਕੇ ਤਾਂ ਇਹਨੂੰ ਪਤਾ ਨਹੀਂ ਕਿੰਨੇ ਵਿਚਾਰੀ ਨੂੰ ਜੰਜਾਲ ਪੈ ਗਏ ਨੇ, ਮਨ ਜੰਜਾਲ ਨਾ ਛੋਡੀ ਜੰਮਦੀ ਆ ਦਮਾਮਾ ਆਏ, ਉੱਧਰੋਂ ਜਮਾਂ ਦੀ ਖਬਰ ਆਉਂਦੀ ਜਾਂਦੀ ਹੈ, ਦਮਾਮੇ ਢੋਲ ਵੱਜ ਗਏ ਨੇ ਵੀ ਅੱਗੇ ਜਾਣਾ ਅੱਗੇ ਜਾਣਾ, ਅਤੇ ਮਨ ਅਜੇ ਵੀ ਜੰਜਾਲ ਛੱਡ ਨਹੀਂ ਰਿਹਾ, ਅਜੇ ਤੁਹਾਡੀ ਉਮਰ ਨੂੰ ਤਾਂ ਚੰਬੜੇ ਹੀ ਨਹੀਂ, ਰਛ ਨਹੀਂ ਲਿਆਉਣਾ ਉਹ ਨਹੀਂ ਦੇਣਾ। ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਮਰਗ ਸਵਾਈ ਨਹੀਂ, ਜਾਂ ਭਰਿਆ ਤਾਂ ਲੱਦਿਆ, ਜਦੋਂ ਭਰ ਗਿਆ ਨੱਕੋ ਨੱਕ ਅਤੇ ਅਗਾਂਹ ਲੱਦ ਕੇ ਤੋਰ ਦੇਣਾ, ਜੇ ਕੋਈ ਟਰੱਕ ਲੱਦਿਆ ਗਿਆ ਹੋਵੇ ਤਾਂ ਉਹਨੂੰ ਕਹਿੰਦੇ ਚੱਲ ਪਈ ਪਿੱਛੋਂ ਨਹੀਂ ਉਹ ਮਾਰਦੇ ਆਏ ਹੱਥ ਵੀ, ਚਲੋ 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 ਚਲੋ। ਇਸ ਤਰ੍ਹਾਂ ਹੀ ਸਾਨੂੰ ਹੜਨਾ ਹੈ, ਲੱਦਿਆ ਚਾਰ ਬੰਦਿਆਂ ਦੇ ਕੰਧਿਆਂ ਦੇ, ਇੱਧਰ ਗੁਨਾਹਾਂ ਦਾ ਬੇੜਾ ਭਰ ਗਿਆ ਅਤੇ ਉੱਧਰ ਚਾਰ ਬੰਦਿਆਂ ਦੇ ਮੋਢਿਆਂ 'ਤੇ ਲੱਦ ਦਿੱਤਾ, ਚੱਲ ਬਈ।
ਉਹ ਕਹਿੰਦਾ ਮਹਾਰਾਜ ਮੈਂ ਵੀ ਇਹ ਸੋਚਦਾ ਸੀ ਵੀ ਮੈਂ ਸੌਣ ਤਾਂ ਆਇਆ ਨਹੀਂ ਇੱਥੇ, ਹੁਣ ਕਰਾਂ ਕੀ? ਕਹਿੰਦੇ ਫਿਰ ਕੱਲ੍ਹ ਇਸ ਤਰ੍ਹਾਂ ਕਰੀ, ਲੱਤਾਂ ਘੁੱਟ ਕੇ ਜੇ ਟਾਈਮ ਮਿਲ ਗਿਆ ਨਾ, ਅਤੇ ਭਾਂਡੇ ਜਿੰਨੇ ਮਾਂਜਣ ਵਾਲੇ ਨੇ, ਦੇਗਾਂ ਬਰਤਨ ਇਹ ਸਾਰੇ ਤੂੰ ਮਾਂਜਣੇ, ਇਹ ਰੰਗ ਚੜ੍ਹਾਉਂਦਾ ਗੁਰੂ, ਤੈਨੂੰ ਕੀ ਕਹਿ ਰਿਹਾ ਤੀ ਕੀ? ਹਾਂ, ਇਸ ਤਰ੍ਹਾਂ ਰੰਗ ਗੁਰੂ ਚੜ੍ਹਾਉਂਦਾ, ਮੈਂ ਤਾਂ ਆਪ ਤੁਰਿਆ ਫਿਰਦਾ ਅਜੇ, ਗੁਰੂ ਚੜ੍ਹਾਉਂਦਾ ਰੰਗ ਜਦੋਂ ਤੁੱਠਾ ਹੋਵੇ ਵੀ ਚੱਲ ਬਈ ਭਾਂਡੇ ਮਾਂਜ। ਸੱਤ ਬਚਨ ਜੀ ਕੱਲ੍ਹ ਤੋਂ ਭਾਂਡੇ ਮਾਂਜਤੇ, ਰਾਤ ਨੂੰ ਫਿਰ ਪੁੱਛਿਆ ਕੋਈ ਟਾਈਮ ਬਚਿਆ? ਕਹਿੰਦੇ ਜੀ ਟਾਈਮ ਤਾਂ ਅਜੇ, ਸੁਰਤ ਕਹਿੰਦੀ ਸੀ ਵੀ ਸੌਣ ਦਾ ਤਾਂ ਵੇਲਾ ਨਹੀਂ। ਫਿਰ ਤੂੰ ਇਸ ਤਰ੍ਹਾਂ ਕਰੀ, ਸਾਰੀ ਸੰਗਤ ਜਿੱਥੇ ਸੌਂਦੀ ਬਹਿੰਦੀ ਹੈ ਉੱਥੇ ਝਾੜੂ ਵੀ ਤੂੰ ਹੀ ਮਾਰਨਾ ਹੈ, ਜੂਥੇ ਬਰਤਨ ਸਾਫ਼ ਕਰਨੇ, ਸਾਰਿਆਂ ਦੇ ਜੋੜੇ ਸਾਫ਼ ਕਰਨੇ, ਇਹ ਰੰਗ ਚੜ੍ਹਾ ਰਿਹਾ। ਅਤੇ ਆਪ ਆਪਣੀ ਕਲਮ ਨਾਲ ਲਿਖਿਆ ਸਰਕਾਰ ਨੇ ਵੀ ਸਭ ਵਿਦ ਮਾਨਿਓ ਮਨ, ਬੋਲੋ ਹਾਂ ਅਰਥ ਕੀ ਬਣਨਾ? ਸਾਰੀਆਂ ਵਿਧਾਂ ਮਨ ਨੇ ਮੰਨ ਲਈਆਂ, ਨਹੀਂ ਉੱਧਰੋਂ ਉਹਦਾ ਮਨ, ਇਹਦੀਆਂ ਸਾਰੀਆਂ ਗੱਲਾਂ 'ਤੇ ਮੰਨ ਗਿਆ ਵੀ ਜੇ ਜੋੜੇ ਝਾੜਨ ਨੂੰ ਕਿਹਾ ਤਾਂ ਜੋੜੇ ਝਾੜਨ ਲੱਗ ਪਿਆ, ਬਰਤਨ ਸਾਫ਼ ਕਰਨ ਨੂੰ ਕਿਹਾ ਤਾਂ ਬਰਤਨ ਸਾਫ਼ ਕਰਨ ਲੱਗ ਪਿਆ। ਪਤਾ ਲੱਗਾ ਵੀ ਮੇਰਾ ਕਹਿਣਾ ਇਹਨੇ ਮੰਨ ਲਿਆ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਇਤਨਾ ਲਿਖਿਆ ਤਬ ਹੀ। ਫਿਰ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਇਤਨਾ ਕਹਿੰਦਾ ਮੈਨੂੰ ਰਾਜ ਯੋਗ ਦਾ ਤਖਤ ਮਿਲਿਆ। ਇੱਥੇ ਕਹਿੰਦੇ ਵੀ ਹਰਨਾਮਾ ਹਰ ਰੰਗ ਹੈ, ਹਰੀ ਦਾ ਨਾਮ ਜਿਹੜਾ ਹਰੀ ਦਾ ਰੰਗ ਆ, ਹਰ ਰੰਗ ਮਜੀਠੇ ਰੰਗ ਪੱਕਾ ਰੰਗ ਆ। ਆਖਿਆ ਚੜ੍ਹਿਆ ਕਿਸ ਤਰ੍ਹਾਂ ਹੀ? ਕਹਿੰਦੇ ਆਪਣੀ ਤਾਂ ਕੋਈ ਕਰਤੂਤ ਨਹੀਂ ਸੀ, ਤੁੱਠ ਪਿਆ ਗੁਰ ਤੁੱਠੇ, ਹਰ ਰੰਗ ਨੰਗੇ ਨਾ ਹਰ ਰੰਗ ਚਾੜਿਆ, ਫਿਰ ਬਹੁਣ ਨਾ ਹੋਵੀ ਅਤੇ ਅੱਗੇ ਜਾ ਕੇ ਤਰਲਾ ਪਾਇਆ। ਹਰ ਹਰ ਨਾਮ ਚਰਾਵੋ ਰੰਗਣ, ਹਰ ਹਰ ਨਾਮ ਚਰਾਵੋ ਰੰਗਣ, ਹਰ ਹਰ, ਤੁਸੀਂ ਵੀ ਤਰਲਾ ਪਾਓ, ਹਰ ਹਰ ਨਾਮ ਚਰਾਵੋ ਰੰਗਣ, ਹਰ ਹਰ ਨਾਮ ਚਰਾਵੋ ਰੰਗਣ, ਹਰ ਹਰ ਨਾਮ ਚੜਾਵੋ, ਹਰ ਹਰ ਨਾਮ ਚੜਾਵੋ ਰੰਗਣ, ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਪਹਿਲੇ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਵਿੱਚ ਵੀ ਇਸ ਤਰ੍ਹਾਂ ਹੈਗਾ ਹੈ, ਆਪੇ ਸਾਜੇ ਆਪੇ ਰੰਗੇ, ਰੰਗ ਵੀ ਤਾਂ ਪੰਗਾ ਹੈ, ਕੱਪੜਾ ਆਪਣੇ ਆਪ ਨਹੀਂ ਚੜ੍ਹਾ ਸਕਦਾ, ਲਲਾਰੀ ਚੜ੍ਹਾਉਂਦਾ, ਇੱਥੇ ਕੱਪੜਾ ਪਿਆ ਹੈ, ਰੰਗ ਦਾ ਮਟਕਾ ਕੋਲ ਪਿਆ ਹੈ, ਤੁਰ ਕੇ ਤਾਂ ਜਾਣੋ ਰਿਹਾ। ਸਾਡੇ ਕੋਲ ਵੀ ਇੰਨੀ ਸਮਰੱਥਾ ਨਹੀਂ ਵੀ ਇਹ ਰੰਗ ਅਸੀਂ ਆਪ ਚੜ੍ਹਾ ਲਈਏ, ਜੇ ਸਾਜਿਆ ਉਹਨੇ ਸਾਨੂੰ ਆਪ ਆ ਨਾ, ਅਤੇ ਰੰਗੂ ਵੀ, ਇੱਥੇ ਬਥੇਰੇ ਚੜ੍ਹਾਉਂਦੇ ਮੇਰੇ ਵਰਗੇ, ਮੈਂ ਵੀ ਰੰਗ ਚੜ੍ਹਾ ਦਿੰਦਾ, ਮੈਂ ਵੀ ਪਹੁੰਚਾ ਦਿੰਦਾ ਅਸਲੀ ਥਾਂ 'ਤੇ। ਉਹ ਕਹਿੰਦੇ ਹਰ ਹਰ ਨਾਮ ਚੜ੍ਹਾਵੋ ਰੰਗਣ, ਇਹ ਡਿਊਟੀ ਵੀ ਗੁਰੂ ਦੀ ਆ, ਇਹ ਡਿਊਟੀ ਵੀ ਗੁਰੂ ਦੀ ਆ, ਕੀ ਰੰਗਣ, ਰੰਗਣ ਵਾਲਾ, ਫਿਰ ਪਤਾ ਲੱਗਾ ਵੀ ਰੰਗਣ ਵਾਲਾ ਕੋਈ ਹੋਰ ਆ,
ਮੇਰੇ ਚਾੜਿਆ ਮੇਰੇ ਤੇ ਰੰਗ ਨਹੀਂ ਚੜਨਾ, ਗੁਰੂ ਚੜਾਓ। ਗੁਰੂ ਲਲਾਰੀ ਆ, ਗੁਰੂ ਦਾ ਕੰਮ ਆ ਰੰਗਣਾ। ਰੰਗਣ ਵਾਲਾ ਜੇ ਰੰਗੇ ਸਾਹਿਬ, ਸਾਹਿਬ ਤੇ ਸਾਹਿਬ ਕੌਣ ਆ? ਗੁਰੂ। ਫਿਰ ਐਸਾ ਕਿਤੇ ਰੰਗਿਆ ਹੋਵੇ ਗੁਰੂ ਦਾ ਸਿੱਖ? ਅੱਜ ਕੀ ਹੋ ਰਿਹਾ ਸਾਹਮਣੇ ਸਾਡੇ, ਕੀ ਹੋ ਰਿਹਾ? ਇਹ ਮਹਾਂਪੁਰਸ਼ਾਂ ਤੋਂ ਰੰਗ ਚੜਿਆ, ਇਹਨੂੰ ਇਹਨੂੰ ਫਲਾਣੇ ਤੋਂ ਰੰਗ ਚੜਿਆ, ਭਾਈ ਸਾਹਿਬ ਤੋਂ ਚੜਿਆ, ਇਹਨੂੰ ਫਲਾਣੇ ਗਿਆਨੀ ਤੋਂ ਰੰਗ ਚੜਿਆ। ਜੇ ਕਿਤੇ ਰੰਗਣ ਵਾਲੇ ਨੇ ਰੰਗਿਆ ਹੋਏ, ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਦੀ ਜ਼ਿੰਦਗੀ ਨੂੰ ਰੰਗਣ ਵਾਲਾ ਤੇ ਸਾਹਿਬ ਕੌਣਾ? ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਦੂਸਰਾ ਤੇ ਸਾਹਿਬ ਕੋਈ ਹੈ ਨਹੀਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ। ਹੁਣ ਜਿਹੜਾ ਮਰਜ਼ੀ ਥੋੜ੍ਹਾ ਸਾਹਿਬ ਬਣ ਜੂਗਾ, ਇੱਕੋ ਤੇ ਸਾਹਿਬ ਤੇ ਇੱਕੋ ਹੀ ਆ। ਰੰਗਣ ਵਾਲਾ ਜੇ ਰੰਗੇ ਸਾਹਿਬ, ਜੇ ਕਿਤੇ ਉਹਦਾ ਰੰਗ ਚੜਿਆ ਹੋਇਆ ਨਾ, ਤੇ ਫਿਰ ਬੜੀ ਉੱਚੀ ਆਵਾਜ਼ ਵਿੱਚ ਗਰੀਬ ਨਿਵਾਜ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ, ਐਸਾ ਇਹੋ ਜਿਹਾ ਨਾ ਕਿਤੇ ਉਹ ਦਿਸਿਆ ਤੈਨੂੰ ਜਿਹੜਾ ਗੁਰੂ ਨੇ ਰੰਗਿਆ ਹੋਇਆ, ਜਿਹਨੂੰ ਹਾਜ਼ਰੋ ਨਹੀਂ, ਗੁਰੂ ਦਾ ਮਿਲਿਆ ਨਹੀਂ ਕੋਈ। ਗੁਰ ਰੰਗੇ, ਬੋਲੋ ਖੁੱਲ੍ਹ ਕੇ, ਸੇ ਪੈ ਨਿਹਾਲ। ਜਿਹਨਾਂ ਨੂੰ ਗੁਰੂ ਨੇ ਰੰਗਿਆ ਉਹਨਾਂ ਨਹੀਂ ਛੱਡਿਆ, ਪਤਾ ਲੱਗਾ, ਉਹਨਾਂ ਨਹੀਂ ਛੱਡਿਆ। ਫਿਰ ਪੂਰਾ ਹੀ ਰੰਗਿਆ, ਪੂਰਾ ਹੀ ਰੰਗਿਆ, ਭਰਨ ਦਾ ਵਿਸ਼ਾ ਨਹੀਂ ਇੱਥੇ, ਰੰਗਣ ਦਾ। ਪੂਰਾ ਹੀ ਰੰਗਿਆ, ਪੈਰਾਂ ਤੋਂ ਲੈ ਕੇ ਸਿਰ ਤੱਕ ਰੰਗ ਹੀ ਰੰਗ ਚਾੜਦੇ। ਐਸਾ ਰੰਗਦਾ ਫਿਰ ਜਿੱਦਣ ਗੁਰੂ ਰੰਗਦਾ ਹੈ। ਆਖੋ ਵਾਹਿਗੁਰੂ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਜਿਨ ਕੇ ਚੋਲੇ ਕੰਤ ਤਿਨਾ ਕਹਿ। ਤੇ ਕਿਹਨੂੰ ਰੰਗ ਨਹੀਂ ਸੋਹਣਾ ਲੱਗਦਾ? ਤੁਸੀਂ ਦੁਕਾਨ 'ਤੇ ਜਾਂਦੇ ਹੋ, ਸੋਹਣਾ ਰੰਗ ਤੁਹਾਨੂੰ ਕੋਈ ਦਿਸ ਪਏ ਤੇ ਦੂਰੋਂ ਖਲੋ ਕੇ ਵਹਿੰਦੇ ਹੋ, ਕੀ ਕਰਦੇ ਹੋ? ਨਹੀਂ ਨਹੀਂ ਨਹੀਂ, ਲਾਗੇ ਜਾ ਕੇ ਪਹਿਲੋਂ ਤਾਂ ਵਹਿੰਦੇ ਹੋ। ਉਹ ਵੀ ਲਲਾਰੀ ਕਹਿੰਦਾ ਵੀ ਕਿਸੇ ਨੂੰ ਰੰਗ ਚੜਿਆ ਹੋਵੇ, ਉਹ ਵੀ ਕੋਲ ਆਣ ਕੇ ਵਹਿੰਦਾ। ਫਿਰ ਕੰਤ ਤਿਨਾ ਕਹਿ, ਪਾਸ ਦਾ ਮਤਲਬ ਪਾਸ ਦੇ ਸਪੈਲਿੰਗ ਲਿਆਓ ਸੁਰਤ 'ਚ ਭਲਾ, ਕਿਉਂ ਹਾਂ ਪਾਸ ਹੀ ਰਹਿੰਦਾ ਹੈ? ਨਹੀਂ, ਗੁਰੂ ਫਿਰ ਉਹਨਾਂ ਦੇ ਦੂਰ ਜਾਂਦਾ ਹੀ ਨਹੀਂ। ਜਿਸ ਤਰ੍ਹਾਂ ਭਵਰਾ ਫੁੱਲ ਤੋਂ, ਕਿਉਂ ਇਸ ਤਰ੍ਹਾਂ ਹੀ ਜਿਸ ਸਿੱਖ ਦੀ ਜ਼ਿੰਦਗੀ 'ਚੋਂ ਚੰਗੀ ਰਹਿਤ ਬਹਿਤ ਦੀ ਖੁਸ਼ਬੂ ਆਵੇ, ਗੁਰੂ ਉਹਨਾਂ ਤੋਂ ਵੈਸੇ ਹੀ ਸੁਣ ਰਹੇ ਹੋ ਮੇਰੇ ਕਹਿਣ 'ਤੇ ਸਿਰ ਸੁਰ ਹਿਲਾ ਕੇ ਗੱਲਾਂ ਕਰ ਰਹੇ ਹੋ ਕਿ ਮਹਿਸੂਸ ਕਰ ਰਹੇ ਹੋ? ਬਾਬਾ ਜਰਨੈਲ ਸਿੰਘ ਸਾਹਿਬ ਕਿਉਂ ਸ਼ੇਰ ਵਾਂਗੂ ਗੱਜਦੇ ਸੀ? ਕਿਉਂ ਸ਼ੇਰ ਵਾਂਗੂ ਗੱਜਦੇ ਸੀ? ਕਿਉਂ ਗੱਜਦੇ ਸੀ ਦੱਸੋ? ਉਹ ਖਿੜਿਆ ਫੁੱਲ ਸੀ ਅਤੇ ਉਹਨੂੰ ਇਹ ਸੀ ਵੀ ਭੌਰਾ ਮੇਰੇ ਨਾਲ ਨਾਲ ਘੁੰਮਣ ਡਿਆ, ਮੈਨੂੰ ਦਿਸਦਾ ਹੈ, ਪਤਾ ਲੱਗਾ। ਤੁਸੀਂ ਕਹੋਗੇ ਫੁੱਲ ਸਿੱਖ ਅਤੇ ਭਵਰਾ ਗੁਰੂ, ਹਾਂ ਗੁਰਬਾਣੀ 'ਚ ਲਿਖਿਆ ਜੇ, ਪੜ੍ਹਿਆ ਕਰੋ ਪਿਆਰ ਨਾਲ, ਆਪੇ ਭਵਰਾ, ਬੋਲੋ
ਭਵਰਾ ਭੱਬਾ ਬੱਬਾ ਰਾਰੇ ਨੂੰ ਕੰਨਾ ਭਵਰਾ ਨਹੀਂ ਭਵਰਾ ਆਪੇ ਭਵਰਾ ਬਾਸ ਲੇ ਹਾਂ ਆਪ ਹੀ ਫਿਰ ਗੁਰੂ ਭਵਰਾ ਬਣ ਕੇ ਪੀਂਦਾ ਹੈ ਉਹਦੇ ਵਿੱਚੋਂ ਰਸ ਚੂਸਦਾ ਹੈ ਗੁਰੂ ਦੂਰ ਜਾਂਦਾ ਹੀ ਨਹੀਂ ਆਖੋ ਵਾਹਿਗੁਰੂ ਗੁਰੂ ਫਿਰ ਦੂਰ ਨਹੀਂ ਜਾਂਦਾ ਅਤੇ ਹੁਣ ਤੁਸੀਂ ਦੱਸੋ ਇੱਕ ਗੱਲ ਹੋਰ ਬਰੀਕੀ ਵਿੱਚ ਉੱਤਰ ਜਾਓ ਥੋੜ੍ਹਾ ਜਿਹਾ ਵੀ ਕੋਈ ਖਿੜ ਜੇ ਫੁੱਲ ਸਰਬਜੀਤ ਸਿੰਘ ਅਤੇ ਉਹ ਭੌਰੇ ਨੂੰ ਲੱਭਣ ਤੁਰਿਆ ਜਾਂਦਾ ਹੈ ਜਾਂ ਭੌਰਾ ਲੱਭ ਕੇ ਆਉਂਦਾ ਹੈ ਅਤੇ ਤੁਸੀਂ ਫਿਰ ਕਿਤੇ ਤੁਰੇ ਫਿਰਦੇ ਹੋ ਕੋਈ ਪਤਾ ਲੱਗਾ ਹੈ ਅੰਦਰ ਵੜ ਗਈ ਗੱਲ ਇੱਕ ਖਿੜਿਆ ਹੋਇਆ ਫੁੱਲ ਖਿੜ ਗਿਆ ਹੁਣ ਉਹ ਭੌਰੇ ਨੂੰ ਲੱਭਣ ਜਾਂਦਾ ਹੈ ਚਿੱਠੀ ਪਾਉਂਦਾ ਹੈ ਮੈਸੇਜ ਮੈਸੰਜਰ ਕੌਣ ਬਣਿਆ ਤੁਹਾਡੀ ਰਹਿਤ ਹੀ ਮੈਸੰਜਰ ਆ ਆਵਾਜ਼ਾਂ ਨਾ ਮਾਰਿਓ ਸੱਦ ਸੁਣਦਾ ਸੱਦ ਵੇਖਦਾ ਤੁਹਾਡੇ ਵੱਲ ਚੌਵੀ ਘੰਟੇ ਵੇਖਣ ਡਿਆ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਲੱਗ ਰਿਹਾ ਚੌਵੀ ਘੰਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਖਣ ਡਿਆ ਵੀ ਇਹ ਖਿੜੇ ਕਿੱਦਣ ਅਤੇ ਹੁਣ ਆਪਣੇ ਲੂਪ ਵੇਖ ਲਓ ਲੂਪ ਪੁੱਲ ਵੇਖ ਲਓ ਆਪਣੇ ਲੂਪ ਪੁੱਲ ਵੀ ਹੁੰਦੇ ਛੇਕ ਵੇਖ ਲਓ ਜਿੰਨੇ ਛੇਕ ਨੇ ਫਿਰ ਕਦੀ ਚਿੰਤਾ ਵੀ ਨਾ ਕਰਨੀ ਕਦੀ ਮਨ ਵਿੱਚ ਸੋਚਣਾ ਵੀ ਨਾ ਵੀ ਗੁਰੂ ਸਾਡੇ ਕੋਲ ਆਊਗਾ ਜਿੱਥੇ ਮਰਜ਼ੀ ਇਸ ਸਰੀਰ ਦੀ ਕੋਠੜੀ ਨੂੰ ਚੁੱਕ ਕੇ ਲੈ ਜਾਓ ਗੁਰੂ ਉੱਥੋਂ ਵੀ ਪਰੇ ਹੋ ਜਾਉ ਨਹੀਂ ਪਤਾ ਗੁਰੂ ਉੱਥੋਂ ਵੀ ਪਰੇ ਹੋ ਜਾਉ ਗੁਰੂ ਚਾਹੁੰਦਾ ਹੈ ਵੀ ਤੇਰਾ ਮਸੰਜਰ ਕੋਈ ਹੋਰ ਬਣ ਕੇ ਨਾ ਆਵੇ ਤੇਰੀ ਕੋਈ ਅਰਦਾਸ ਨਾ ਕਰੇ ਤੇਰੇ ਲਈ ਕੋਈ ਹੱਥ ਨਾ ਜੋੜੇ ਵੀ ਕਮਲ ਦਾ ਕੰਮ ਕਰ ਦਿਉ ਕਰਨੈਲ ਸਿੰਘ ਦਾ ਕੰਮ ਕਰ ਦਿਉ ਜੀ ਗੁਰੂ ਸਾਹਿਬ ਜੀ ਇਹਨੂੰ ਸਿੱਖੀ ਬਖਸ਼ੋ ਕਰਨੈਲ ਸਿੰਘ ਦੀ ਖੁਸ਼ਬੋ ਮੇਰੇ ਤੱਕ ਆਵੇ ਅਤੇ ਮੈਂ ਖੁਦ ਆਵਾਂ ਮੈਨੂੰ ਵੀ ਬੜਾ ਚਾਅ ਹੈ ਕੌਣ ਕਹਿੰਦਾ ਗੁਰੂ ਕਹਿੰਦਾ ਮੈਨੂੰ ਵੀ ਬੜਾ ਚਾਅ ਹੈ ਵੀ ਮੇਰਾ ਸਿੱਖ ਕੋਈ ਖਿੜੇ ਅਤੇ ਕਲਯੁੱਗ ਦੀ ਅੱਗ ਵਿੱਚ ਖਿੜਨਾ ਤਾਂ ਬੜਾ ਔਖਾ ਹੈ ਕਲਯੁੱਗ ਦੀ ਅੱਗ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੁਣ ਚਾਰ ਚੁਫੇਰੇ ਇੰਨੀ ਵੇਖਿਆ ਜਦੋਂ ਗੁਲਾਬ ਦੇ ਫੁੱਲ ਖਿੜੇ ਹੁੰਦੇ ਅਤੇ ਜਿਉਂ ਜੇਠ ਦੇ ਅਤੇ ਅਪ੍ਰੈਲ ਐਂਡ ਦੇ ਅਤੇ ਵਿਸਾਖ ਦੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਕਿੰਨਾ ਬਚਾਉਣਾ ਪੈਂਦਾ ਹੈ ਪਤਾ ਜੇ ਕਿ ਨਹੀਂ ਥੋੜ੍ਹਾ ਬਹੁਤਾ ਨਹੀਂ ਤੁਹਾਨੂੰ ਨਹੀਂ ਇਹ ਚੇਤ ਵਿੱਚ ਤਾਂ ਪੂਰੇ ਜੋਬਨ 'ਚ ਹੁੰਦੇ ਨਹੀਂ ਪਤਾ ਲੱਗਾ ਚੇਤ ਵਿੱਚ ਪੂਰੇ ਜੋਬਨ 'ਚ ਹੁੰਦੇ ਕਿਉਂਕਿ ਚੇਤਾ ਹੁੰਦਾ ਜਦੋਂ ਸਿੱਖ ਨੂੰ ਗੁਰੂ ਦਾ ਪੂਰਾ ਜੋਬਨ 'ਚ ਹੁੰਦਾ ਵੈਸਾਖ ਧੀਰਨ ਵੰਡ ਵਿਛੋੜੇ ਦੀ ਕਹਾਣੀ ਤੁਰ ਪਈ ਅੱਗੇ ਅਤੇ ਜਿਉਂ ਜਿਉਂ ਵਿਛੋੜੇ ਦੀ ਕਹਾਣੀ ਤੁਰੀ ਆ ਅਤੇ ਉਹ ਤੋਂ ਸੁੱਕਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਵੇਚਣੇ ਹੁੰਦੇ ਨੇ ਫੁੱਲ ਉਹ ਬੜੇ ਢਾਹ ਕੇ ਉਹਨੂੰ ਛਾਂ ਕਰਕੇ ਰੱਖਦੇ ਪਾਣੀ ਝਰੌਂਕਦੇ ਰਹਿੰਦੇ ਵੀ ਇਹ ਕਮਲਾਵੇ ਨਾ ਤੂੰ ਖਿੜਕੇ ਵੇਖ ਉਹ ਆਪੇ ਆਊ ਕੀ ਬਣ ਕੇ ਭਵਰਾ ਬਣ ਕੇ ਲੱਭਦਾ 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 ਗੁਰੂ ਕਾ ਸਿੱਖਾ ਸਰੀ 'ਚ ਵੀ ਆਜੂ ਉਹ ਦੂਰ ਨਹੀਂ ਉਹ ਭਵਰਾ ਇੱਥੇ ਹੀ ਆ ਮਗਰ ਤੂੰ ਸੋਹਣਾ ਹੈ ਵੀ ਮੈਂ ਵਿਖੜਿਆ ਹੋਇਆ ਕਿਸੇ ਦੇ ਕੋਲ ਜਾਵਾਂ ਅਤੇ ਮੈਨੂੰ ਰੱਬ ਮਿਲ ਜਾਵੇ ਜਿੱਦਣ ਕਿਤੇ ਸਮਾਜ ਨੂੰ ਮਨੁੱਖਤਾ ਨੂੰ ਇਹ ਸੋਝੀ ਆਊਗੀ ਕੋਈ ਕਿਸੇ ਬਾਬੇ ਕੋਲ ਨਹੀਂ ਜਾਊਗਾ ਕੋਈ ਕਿਸੇ ਕੋਲ ਨਹੀਂ ਜਾਊਗਾ
ਪਤਾ ਲੱਗਾ ਮੈਂ ਫਿਰ ਇੱਕ ਵਾਰ ਬਾਬੇ ਜਰਨੈਲ ਸੰਭਲ ਜਾਵਾਂ। ਉਹਨੂੰ ਕਿਉਂ ਨਹੀਂ ਸੀ ਪ੍ਰਵਾਹ ਕੋਈ, ਉਹਨੂੰ ਗੁਰੂ ਲਾਗੇ ਦਿਸਦਾ ਸੀ, ਪਤਾ ਲੱਗਾ। ਤਾਹੇ ਕਹਾਂ ਪ੍ਰਵਾਹ ਕਾਹੂੰ ਕੀ ਜਾਂ ਕੇ ਬਸੀਸ ਧਰਿਓ ਗੁਰ ਹੱਥ। ਉਹ ਸਵੇਰੇ ਜਦੋਂ ਨਿਤਨੇਮ ਦੀ ਬਾਣੀ ਪੜ੍ਹਦਾ ਸੀ ਨਾ, ਪਤਾ ਲੱਗਾ, ਅਤੇ ਉਹਨੂੰ ਐਂ ਲੱਗਦਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਮੈਨੂੰ ਕੋਈ ਪ੍ਰਵਾਹ ਨਹੀਂ। ਐਵੇਂ ਨਹੀਂ ਸੀ ਕਹਿੰਦਾ ਵੀ ਕੋਈ ਪ੍ਰਵਾਹ ਨਹੀਂ, ਆ ਜਾਏ ਜਿੰਨੀ ਮਰਜ਼ੀ ਚੜ੍ਹ ਕੇ ਪਹੁੰਚ। ਕਿਉਂ ਮਹਿਸੂਸ ਕਰਦਾ ਸੀ ਉਹ, ਕਹਿਣ ਨੂੰ ਤਾਂ ਤੁਸੀਂ ਤਾਂ ਮੈਂ ਸਾਰੇ ਕਹਿੰਦੇ ਸਾਡੇ ਸਿਰ 'ਤੇ ਗੁਰੂ ਦਾ ਹੱਥ ਆ। ਗੱਡੀ ਨਵੀਂ ਲੈਣ ਦੀ ਬੜਾ ਜੀ, ਗੁਰੂ ਸਾਹਿਬ ਨੇ ਦਇਆ ਕੀਤੀ ਹੈ ਜੀ, ਘਰ ਨਵਾਂ ਲੈ ਲਿਆ ਗੁਰੂ ਸਾਹਿਬ ਨੇ, ਬੜੀ ਦਇਆ। ਉਹਨੂੰ ਇਹ ਹੁੰਦਾ ਸੀ ਵੀ ਮੇਰੇ ਗੁਰੂ ਅੰਗ ਸੰਗ ਆ, ਪਤਾ ਲੱਗਾ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਉਹਨੂੰ ਅੰਗ ਸੰਗ ਮਹਿਸੂਸ ਹੋ ਰਿਹਾ, ਫੀਲ ਕਰ ਰਿਹਾ ਸੀ ਉਹ ਆਪਣੇ ਆਪ ਨੂੰ, ਮੇਰੇ ਅੰਗ ਸੰਗ ਆ ਗੁਰੂ। ਅਤੇ ਮਹਾਰਾਜ ਪਾਤਸ਼ਾਹ ਜੀ ਅੱਜ ਵੀ ਕਹਿੰਦੇ ਵੀ ਜਿੱਦਣ ਉਹ ਸਿੱਖ ਖਿੜਦਾ ਹੈ ਨਾ, ਅਤੇ ਫਿਰ ਉਹ ਇਹ ਨਹੀਂ ਕਹਿੰਦਾ ਵੀ ਮੈਂ ਆਪ ਚੜਿਆ ਵਾਂ, ਮੈਨੂੰ ਰੰਗ ਚੜਿਆ, ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਉਹਨੇ ਕਿਹਾ ਤੂੰ ਫਿਰ ਕੀ ਕੀਤਾ, ਉਹਨੇ ਕੁਐਸਚਨ ਕੀਤਾ ਵੀ ਜੇ ਸਾਜਿਆ ਵੀ ਉਹਨੇ ਆਪ, ਰੰਗਿਆ ਵੀ ਉਹਨੇ ਆਪ, ਨਦਰ ਵੀ ਉਹਨੇ ਕੀਤੀ, ਤੇਰਾ ਕੀ ਕੰਮ ਰਿਹਾ, ਤੇਰਾ ਤੇਰਾ ਪਾਠ ਕੀ ਸੀ। ਨਾਨਕ ਕਾਮਣ ਕੰਤੇ ਪਾਵੇ, ਰਹਿਤ ਚੋਂ ਬਾਹਰ ਨਾ ਹੋਵੇ। ਇੱਕ ਇਸਤਰੀ ਜਿਹੜੀ ਪਤੀਵਰਤਾ ਧਰਮ ਵਾਲੀ ਆਪਣੇ ਪਤੀਵਰਤਾ ਧਰਮ ਤੋਂ ਬਾਹਰ ਨਾ ਹੋਵੇ, ਦੁਨੀਆ ਦੀ ਹਰ ਖੁਸ਼ੀ ਪਤੀ ਉਹਦੀ ਝੋਲੀ 'ਚ ਪਾਉਂਦਾ, ਪਤਾ ਲੱਗਾ। ਅਤੇ ਜਿੱਦਣ ਉਹ ਪਤੀਵਰਤਾ ਧਰਮ 'ਚੋਂ ਬਾਹਰ ਫਿਰਨ ਲੱਗ ਪਏ, ਜਿੰਨੀ ਪ੍ਰੋਪਰਟੀ ਪਤੀ ਕੋਲ ਹੁੰਦੀ, ਅੱਖ 'ਚ ਰੋਂਦਾ ਵੀ ਇਹਨੂੰ ਨਹੀਂ ਦੇਣੀ ਕਮਜ਼ਾਤ ਨੂੰ। ਅੱਜ ਤੁਸੀਂ ਅਤੇ ਮੈਂ ਜਿੰਨੇ ਮੰਗਦੇ ਫਿਰਦੇ ਹਾਂ ਵੀ ਮਹਾਰਾਜ ਸਾਨੂੰ ਬਚਾਓ, ਆਪਣੀ ਕਰਤੂਤ ਨਹੀਂ ਵਹਿੰਦੇ। ਕੱਲ੍ਹ ਦਾ ਬਚਨ ਸੀ ਰੋਸ ਨਾ ਕਾਹੂ ਸੰਗ ਕਰੋ, ਵਿਚਾਰਿਆ ਰੋਸ ਦੇ ਰਹੇ ਹਾਂ, ਰੋਸ ਮੁਜ਼ਾਰੇ, ਫਲਾਣੇ ਥਾਂ ਰੋਸ ਮੁਜ਼ਾਰਾ ਹੋਇਆ। ਰੋਸ ਮੁਜ਼ਾਰਾ ਕਰਨ ਨਾਲੋਂ ਇੱਥੇ ਮੇਰਾ ਗੁਰੂ ਕੀ ਕਹਿੰਦਾ ਹੈ, ਰੋਸ ਨਾ ਕਾਹੂ ਸੰਗ ਕਰੋ। ਕੀ ਹੈ ਜੀ ਅੱਗੇ ਵਚਨ? ਆਪਣਾ ਆਪ ਵਿਚਾਰ, ਆਪਣੇ ਆਪ ਦੀ ਵਿਚਾਰ ਕਰ ਵੀ ਜੇ ਮੇਰੀ ਥਾਲੀ 'ਚੋਂ ਕੁੱਤਾ ਰੋਟੀ ਚੁੱਕ ਕੇ ਖੜ ਰਿਹਾ ਹੈ ਤਾਂ ਮੈਂ ਕਿੱਥੇ ਸਾਂ? ਅਗਰ ਕੀ ਜਪਿਆ ਨਹੀਂ ਜਾ ਰਿਹਾ, ਆਖਣ ਔਖਾ, ਮੇਰੇ ਕੋਲੋਂ ਔਖਾ ਹੈ ਹੁਣ ਜਪਣਾ, ਤੁਸੀਂ ਜਪਾਓ। ਵਾਹਿਗੁਰੂ 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 ਵਾਹਿਗੁਰੂ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕੀਰਤਨ ਕਰ ਲੈਂਦੇ ਹੋ, ਹਰਮੋਨੀਆ ਤੁਹਾਡਾ ਸਾਹਮਣੇ ਪਿਆ, ਆਪੇ ਵੱਜਦਾ, ਬੋਲੋ ਨਾ, ਹੱਥ ਉੱਤੇ, ਤਾਂ ਹੀ ਸੁਰ ਨਿਕਲਣੀ। ਇਹ ਤਾਂ ਨਹੀਂ ਵੀ ਉਹਦੇ ਸੁਰਾਂ ਹੈ ਨਹੀਂ ਸੀ, ਸੁਰਾਂ ਤਾਂ ਉਹਦੇ ਵਿੱਚ ਸੀ, ਮਗਰ ਹੱਥ ਰੱਖਿਆ। ਤੁਹਾਡੇ ਅਤੇ ਮੇਰੇ ਸਿਰ 'ਤੇ ਵੀ ਜਿੱਦਣ ਗੁਰੂ ਹੱਥ ਰੱਖੂ, ਆਪੇ ਹੀ ਪ੍ਰਭ ਰੰਗ, ਹਰ ਹਰ ਨਾਮ ਚ ਰਾਵੋ ਰੰਗਣ, ਆਪੇ ਹੀ ਪ੍ਰਭ ਹੱਥ ਰੱਖੂ। ਤੁਸੀਂ ਸ਼ਬਦ ਪੜ੍ਹਿਓ ਕਦੀ ਆਨੰਦਾਂ ਦੀ ਪੁਰੀ ਦੇ ਸਾਹਮਣੇ ਬਹਿ ਕੇ, ਵੀ ਪਿਤਾ ਜੀ ਹਮ ਤੇਰੇ ਜੰਤ, ਜੰਤ ਮੀਨ ਸਾਜ, ਕਿਆ ਬਾਤ ਹੈ, ਜੰਤ ਪਿਤਾ ਜੀ ਅਸੀਂ ਤੁਹਾਡੇ ਸਾਜ ਹਾਂ, ਤੂੰ ਵਜਾਵਣਹਾਰਾ, ਪੜ੍ਹਿਆ ਨਹੀਂ, ਹਮ ਤੇਰੇ ਜੰਤ ਅਸੀਂ ਤੁਹਾਡੇ ਸਾਜ ਹਾਂ, ਸੁਰਾਂ ਤੁਸਾਂ ਮੇਰੇ ਵਿੱਚ ਰੱਖੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਵੀ ਆਉਣਾ, ਅੱਜ ਸ਼ਬਦ ਵਿੱਚ ਵੀ ਆਉਣਾ, ਸੁਰਾਂ ਤੁਸਾਂ ਮੇਰੇ ਵਿੱਚ ਰੱਖੀਆਂ ਨੇ, ਮਗਰ ਮੈਂ ਸੁਰਾਂ ਆਪਣੀਆਂ ਆਪ ਵਜਾ ਨਹੀਂ ਸਕਦਾ, ਸੁਰਾਂ ਤੁਸਾਂ ਮੇਰੇ 'ਚ ਰੱਖੀਆਂ, ਨੌਨ ਅਮਰਤ ਪ੍ਰਭ ਕਾ ਨਾਮ ਰੱਖਿਆ, ਮਗਰ ਇਹ ਨਾਮ ਚੱਲਣਾ ਉੱਦਣਾ ਜਦੋਂ ਤੁਸੀਂ ਮੇਰੇ ਸਿਰ 'ਤੇ ਹੱਥ ਰੱਖੋਗੇ, ਆਪੇ ਹੀ ਪ੍ਰਭ ਰੰਗ, ਹਰ ਹਰ ਨਾਮ ਚੜਾਵੋ ਰੰਗਣ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ। ਇਹ ਗੱਲ ਅੱਜ ਨੋਟ ਕਰ ਲਈ ਵੀ ਰੰਗਣ ਵਾਲਾ ਜੇ ਰੰਗੇ ਸਾਹਿਬ, ਰੰਗਣ ਵਾਲਾ ਰੰਗੂਗਾ, ਚੋਲਾ ਮੇਰਾ ਹੈ ਉਹਦਾ ਬਖਸ਼ਿਆ, ਰੰਗ ਉਹਦਾ ਵਾ, ਚੋਲੇ ਦੀ ਇੰਨੀ ਹਿੰਮਤ ਨਹੀਂ ਵੀ ਆਪ ਜਾ ਕੇ ਲਲਾਰੀ ਦੇ ਕੋਲੋਂ ਰੰਗ ਕੇ ਆਪਣੇ ਆਪ ਨੂੰ ਆ ਜਾਏ, ਲਲਾਰੀ ਦੇ ਸ਼ੁਭ ਹੱਥ ਚੁੱਕਣਗੇ ਅਤੇ ਮੱਟ ਵਿੱਚ ਸੁੱਟਣਗੇ। ਮੱਟ ਕਿਹੜਾ, ਮੈਂ ਪੁੱਛਿਆ ਰੰਗ ਮੱਟ ਕਿਹੜਾ, ਕੱਲ੍ਹ ਕਿਹਾ ਸੀ ਬੰਦਰਗਾਹ ਕਿਹੜੀ, ਸੁਣੀ ਸੀ ਫੇਸਬੁੱਕ 'ਤੇ, ਅੱਛਾ ਸਤਸੰਗਤ ਇਹ ਮੱਟ ਆ,
ਜਿਹਦੇ ਵਿੱਚ ਪਾ ਕੇ ਚੋਲੇ ਨੂੰ ਰੰਗ ਚੜਾਉਂਦਾ ਹੈ। ਜਿਹੜੇ ਜਿਹੜੇ ਨੂੰ ਰੰਗ ਚਾੜਿਆ ਸਤਸੰਗ ਤੋਂ ਬਾਹਰ ਨਹੀਂ, ਜਿਨ ਕਿਨੇ ਪਾਇਆ ਸਤਸੰਗਤੀ, ਬੋਲੋ ਹਾਂ, ਪਤਾ ਲੱਗ ਗਿਆ ਕਿੱਲਾ ਠੁੱਕ ਗਿਆ ਵੀ ਸਤਸੰਗਤ ਤੋਂ ਬਾਹਰ ਕਿਸੇ 'ਤੇ ਰੰਗ ਨਹੀਂ ਚੜਿਆ ਅੱਜ ਤੱਕ। ਕੋਈ ਬੰਦਾ ਕਵੇ ਮੈਂ ਸਤਸੰਗਤ ਨਹੀਂ ਕੀਤੀ, ਰਵਿਦਾਸ ਮਾਧੋ ਸਤਸੰਗਤ ਸ਼ਰਨ ਤੁਮਾਰੀ, ਇਤਨਾ ਹੀ, ਸਤਸੰਗਤ ਮਿਲ ਰਹੀ ਹੈ ਮਾਧੋ। ਆਖਰ 'ਤੇ ਕਿਤੇ ਸੰਗਤ 'ਚੋਂ ਸਵਾਦ ਆਇਆ ਹੀ ਸੀ ਤਾਂ ਭਗਤ ਰਵਿਦਾਸ ਕਹਿੰਦਾ ਨਾ ਵੀ ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਕਮਾਲ ਦੀ ਗੱਲ ਆ, ਮਧੂ ਮੱਖੀਆਂ ਦਾ ਪ੍ਰਮਾਣ ਦਿੱਤਾ ਅਤੇ ਮਧੂ ਮੱਖੀਆਂ ਜਿਤਨਾ ਇੱਕ ਛੱਤੇ 'ਤੇ ਇਕੱਠੀਆਂ ਹੋਈਆਂ ਰਹਿੰਦੀਆਂ। ਆਹ ਤੁਸੀਂ ਵੇਖ ਹੀ ਲਿਆ ਗੁਰਦੁਆਰਿਆਂ 'ਚ ਹੁਣ ਆਪਾਂ ਕਿੰਨੇ ਕੁ ਇਕੱਠੇ ਹਾਂ, ਅਤੇ ਰਸ ਕਿੱਥੋਂ ਆਜੂ? ਇਕੱਠਾ ਤਾਂ ਕਰਨਾ ਸੀ ਮੂੰਹ ਜੋੜ ਕੇ, ਇੱਕ ਇੱਕ ਮੱਖੀ ਦਾ ਮੂੰਹ ਭਰਿਆ ਹੈ ਰਸ ਨਾਲ, ਮਗਰ ਛੱਤਾ ਬਣਾ ਕੇ ਬੋਤਲਾਂ ਨਹੀਂ ਭਰ ਸਕਦੀਆਂ ਵੀ ਜਿਹੜਾ ਇੱਥੇ ਨਹੀਂ ਆਇਆ ਉਹਦੇ ਤੱਕ ਪਹੁੰਚ ਜਾਏ, ਨਹੀਂ ਪਤਾ ਲੱਗਦਾ। ਮੂੰਹ ਜੋੜੀਏ ਅਤੇ ਮੂੰਹ ਜੋੜਨ ਦੀ ਕਲਾ ਹੀ ਸਿੱਖ ਨੂੰ ਭੁੱਲ ਗਈ ਹੈ। ਇਹ ਜੀ ਦਸ਼ਮੇਸ਼ ਦਰਬਾਰ ਵਾਲੇ ਆ, ਇਹ ਜੀ 120 ਵਾਲੇ ਨੇ, ਇਹ ਜੀ ਉਹ ਦੂਸਰੇ ਨੇ ਤੀਸਰੇ ਨੇ, ਕਿਉਂ ਕਿਉਂ ਅੱਗੇ ਕਿੰਨੇ ਕੁ ਅੱਗੇ ਕਿੰਨੇ ਕੁ ਮੂੰਹ ਜੋੜਨ ਦੀ ਵੀ ਕਹਾਣੀ ਗਈ। ਮੱਖੀ ਕੋਲੋਂ ਸਿੱਖੋ ਵੀ ਮੱਖੀ ਦਾ ਮੂੰਹ ਸ਼ਹਿਦ ਨਾਲ ਰਸ ਨਾਲ ਭਰਿਆ ਹੈ ਅਤੇ ਉਹ ਰਸ ਜਿਹੜਾ ਫੁੱਲ 'ਚੋਂ ਚੂਸ ਕੇ ਆਈ ਹੈ ਨਾ, ਉਨਾ ਚਿਰ ਮਿੱਠਾ ਨਹੀਂ ਹੋਣਾ ਜਿੰਨਾ ਚਿਰ ਮੂੰਹ ਨਹੀਂ ਜੋੜਨਗੀਆਂ। ਨਹੀਂ ਪਤਾ ਨਹੀਂ, ਅਜੇ ਨਹੀਂ, ਜੇ ਨਹੀਂ ਤਾਂ ਪੁੱਛਿਆ ਕਰੋ। ਜਦੋਂ ਫੁੱਲ 'ਚੋਂ ਚੂਸ ਕੇ ਆਈ ਆ ਉਹ ਮਿੱਠਾ ਨਹੀਂ ਗਾ, ਹਾਂ, ਮਗਰ ਜਦੋਂ ਮੂੰਹ ਜੋੜੇ ਅਤੇ ਮਿਠਾਸ ਭਰਤੀ ਕੁਦਰਤ ਨੇ, ਇੱਥੋਂ ਤੱਕ ਚੋਣ ਲੱਗ ਪਿਆ, ਕਈਆਂ ਨੇ ਥੱਲੇ ਪਿਆ ਨੇ ਪੀ ਲਿਆ, ਚੋਣ ਲੱਗ ਪਿਆ, ਮਗਰ ਕਦੋਂ? ਮੂੰਹ ਜੋੜੇ ਅਤੇ ਫਿਰ ਹੋਰ ਸੁਭਾਅ ਇਹਨਾਂ ਦਾ ਵੇਖਿਓ, ਡੰਗ ਵੀ ਹੈਗਾ ਹੈ ਅਤੇ ਮਿੱਠਾ ਵੀ ਹੈਗਾ। ਕੁਝ ਸਿੱਖੋ, ਮੈਂ ਤਾਂ ਗੁਰੂ ਦੇ ਸਿੱਖਾਂ ਨੂੰ ਬੇਨਤੀ ਕਰ ਸਕਦਾ, ਕੁਝ ਸਿੱਖੋ, ਸ਼ਹਿਦ ਦੀ ਮੱਖੀ ਕੋਲੋਂ ਸਿੱਖੋ। ਸ਼ਹਿਦ ਦੀ ਮੱਖੀ ਇੱਕ ਇਤਨਾ ਦਾ ਜੀਵ ਬਣਾਇਆ ਹੈ ਰੱਬ ਨੇ, ਪਿੱਛੇ ਦੇ ਵਿੱਚ ਮਿੱਠਾ ਵੀ, ਮੂੰਹ 'ਚ ਮਿੱਠਾ ਅਤੇ ਪਿੱਛੇ ਡੰਗ, ਇਹਦੇ ਅੰਦਰ ਭਗਤੀ ਅਤੇ ਕਕਾਰਾਂ ਦੀ ਸ਼ਕਤੀ। ਅਤੇ ਕਮਾਲ ਦੀ ਗੱਲ ਆ, ਕਦੀ ਆਪਸ ਵਿੱਚ ਨਹੀਂ ਲੜੀਆਂ। ਫਟਕਾਰ ਆ ਐਸੇ ਸਿੱਖ ਖਵਾਉਣ ਨੂੰ ਜਿੱਥੇ ਆਪਣੇ ਦੁਆਲੇ ਹੋਏ ਫਿਰਦੇ ਲੋਕ। ਇਹਦੀ ਵੀ ਪੱਗ ਲਾ ਦਿਉ, ਇਹਦੀ ਵੀ ਪੱਗ ਲਾ ਦਿਉ, ਸਰੀਰ 'ਚ ਕਿੰਨੇ ਕੁ ਧੜੇ, ਉਹ ਫਲਾਣਾ ਫਲਾਣੇ ਦਾ ਧੜਿਆ ਜੀ, ਉਹ ਫਲਾਣੇ ਧੜੇ ਦਾ ਬੰਦਾ। ਸ਼ਰਮ ਆਉਂਦੀ ਗੱਲ ਕਰਦਿਆਂ ਵੀ, ਸ਼ਰਮ ਆਉਂਦੀ ਆ, ਫਲਾਣੇ ਧੜੇ ਦਾ ਬੰਦਾ, ਫਲਾਣੇ ਧੜੇ ਦਾ। ਇੱਕ ਗੁਰੂ ਤੁਹਾਡਾ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕ ਪਿਤਾ ਇੱਕ ਸਕੇ ਹੰਬਲ। ਕਿਉਂ ਲੈਂਦੇ ਹੋ ਹੁਕਮਨਾਮਾ, ਕਿਉਂ ਸਿਰ ਹਿਲਾਉਂਦੇ ਉੱਥੇ, ਕਿਉਂ ਜਕਾਰੇ ਛੱਡਦੇ ਹੋ ਉਸ ਗੁਰੂ ਦੀ ਗੋਦ 'ਚ ਬਹਿ ਕੇ ਜਦੋਂ ਤੁਸੀਂ ਉਹ ਗੱਲ ਹੀ ਨਹੀਂ ਮੰਨੀ?
ਮੱਖੀ ਵੀ ਮੱਖੀ ਨਾਲ ਨਹੀਂ ਲੜਦੀ। ਕਦੀ ਵੇਖਿਆ ਜੇ, ਚਲੋ ਸਾਰੀ ਆਪਾਂ ਜ਼ਿੰਦਗੀ ਕਾਫੀ ਨਿਕਾਲੀ, ਵੀ ਮੱਖੀਆਂ ਆਪਸ ਵਿੱਚ ਲੜ ਡਈਆਂ ਹੁਣ ਵੇਖੀਆਂ ਜੇ ਕਦੀ? ਹਾਂ, ਜਿਹੜਾ ਉਹਨਾਂ ਨੂੰ ਉਂਗਲ ਕਰ ਜਾਏ ਇੱਕ ਨਹੀਂ, ਫਿਰ ਦੂਸਰੀ ਪੁੱਛਦੀ ਨਹੀਂ ਵੀ ਗੱਲ ਕੀ ਹੋਈ। ਇਹ ਭੱਜੀ ਜਾਂਦੀ ਉਹਦੇ ਪਿੱਛੇ, ਜੱਸਾ ਸਿੰਘ ਆਲੂਵਾਲੀ ਆ ਭੱਜਿਆ ਜਾ ਰਿਹਾ ਪਿੱਛੇ ਅਬਦਾਲੀ ਦੇ, ਅਤੇ ਕਿਸੇ ਨੇ ਪੁੱਛਿਆ ਨਹੀਂ ਵੀ ਜੱਸਾ ਸਿੰਘ ਤੇਰੀ ਤਾਂ ਭੈਣ ਨਹੀਂ ਕੋਲ ਲੈ ਗਿਆ, ਤੇਰੀ ਤਾਂ ਧੀ ਨਹੀਂ ਲੈ ਗਿਆ? ਜੇ ਜਥੇਦਾਰ ਜਾ ਰਿਹਾ ਤਾਂ ਕੌਮ ਪਿੱਛੇ ਭੱਜਦੀ ਸੀ। ਮੱਖੀ ਨੇ ਉੱਥੋਂ ਤੱਕ ਨਹੀਂ ਛੱਡਿਆ ਜਿੰਨਾ ਤੱਕ ਉਹਦੇ ਘਰ ਤੱਕ ਜਾ ਕੇ ਉਹਨੂੰ ਮਾਰ ਕੇ ਨਹੀਂ ਆਏ। ਅਤੇ ਇੱਥੇ ਵੇਖ ਲਓ ਸਰਦਾਰੋ ਤੁਸੀਂ, ਮੈਂ ਤਾਂ ਤੁਹਾਨੂੰ ਇੰਨਾ ਹੀ ਬੇਨਤੀ ਕਰ ਸਕਦਾ, ਜੇ ਨਹੀਂ ਸਿੱਖੀ, ਸਿੱਖ ਬਣ ਕੇ ਨਹੀਂ ਸਿੱਖਿਆ ਗਿਆ, ਮੱਖੀ ਕੋਲੋਂ ਸਿੱਖ ਲਓ। ਇੱਕ ਤਾਂ ਜਿੰਨਾ ਚਿਰ ਮੂੰਹ ਨਹੀਂ ਜੋੜੋਗੇ ਉਹਨਾਂ ਚਿਰ ਮਿੱਠਾ ਨਹੀਂ ਜੋੜਨਾ। ਬਾਣੀ ਜਿੰਨੀ ਮਰਜ਼ੀ ਤੁਹਾਡੇ ਕੋਲ ਹੋਵੇ, ਕਰਨੈਲ ਸਿੰਘ ਕੋਲ ਹੋਵੇ, ਕਮਲਜੀਤ ਸਿੰਘ ਕੋਲ ਹੋਵੇ, ਮੂੰਹ ਜੋੜਨ ਤੋਂ ਬਿਨਾਂ ਇਹਦੇ 'ਚ ਮਿਠਾਸ ਨਹੀਂ ਜੇ ਭਰਨੀ। ਪਤਾ ਲੱਗ ਰਿਹਾ, ਮਿਠਾਸ ਉਹ ਦਿਨ ਭਰਨੀ ਹੈ ਜਿਹਦੇ ਇੱਕ ਛੱਤੇ 'ਤੇ ਇਕੱਠੀਆਂ ਹੋਣਗੀਆਂ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਬ ਮਖੀਰਾ, ਇਸ ਤਰ੍ਹਾਂ ਇਕੱਠੀਆਂ ਹੋਈਆਂ ਅਤੇ ਰਸ ਭਰ ਗਿਆ। ਕਈਆਂ ਦਾ ਮੂੰਹ ਮਿੱਠਾ ਕਰਤਾ, ਆਪਾਂ ਕਿਸੇ ਦਾ ਕੀ ਮੂੰਹ ਮਿੱਠਾ ਕਰਨਾ, ਸਾਡਾ ਆਪਣਾ ਹੀ ਫਿੱਕਾ ਹੈ। ਮੋੜਾ ਵਾਂ ਅੱਜ ਦੇ ਬਚਨ ਵੱਲ, ਸਤਿਗੁਰੂ ਕਿਰਪਾ ਕਰੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੌਮ ਹੈ, ਉਹਦਾ ਸਾਜਿਆ ਨਵਾਜਿਆ ਪੰਥ ਹੈ। ਮੈਂ ਤਾਂ ਇੱਕ ਨਿੱਕਾ ਜਿਹਾ ਚੌਂਕੀਦਾਰ ਅਰਦਾਸ ਕਰ ਸਕਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸਾਡਾ ਇਹਨਾਂ ਦਾ ਤਾਂ ਵੱਸ ਨਹੀਂ ਹੁਣ ਕੁਝ ਕਰਿਆ, ਤੂੰ ਬੌੜੀ ਕਰ ਇਸ ਕੌਮ ਦੀ, ਦੁਆਈ ਆ ਹੁਣ ਤਾਂ ਵੱਸ ਹੋ ਗਈ, ਸਿਰੇ 'ਤੇ ਗੱਲ ਜਾ ਲੱਗੀ, ਰੋਟੀ ਵੀ ਖੁਸਣ ਲੱਗੀ ਆ ਅਤੇ ਪਾਣੀ ਵੀ, ਦੋਵੇਂ ਚੀਜ਼ਾਂ ਸਾਹਮਣੇ ਥਾਲੀ 'ਚ ਤੂੰ ਪਰੋਸ ਕੇ ਦੇ ਗਿਆ ਸੈਂ। ਆਖਰ ਤੇਰੀ ਸੁਰਤ ਦਾ ਰਾਜ ਕੀ ਸੀ? ਸਤਲੁਜ ਦੇ ਕੰਢੇ 'ਤੇ ਡੇਰਾ ਲਾਉਣਾ ਨਹੀਂ ਪਤਾ ਲੱਗਾ? ਤੇਰਾ ਗੜ ਕੇਸਗੜ੍ਹ ਸਾਹਿਬ ਸਤਲੁਜ ਦੇ ਕੰਢੇ 'ਤੇ ਕਿਉਂ ਸੀ? ਤੈਨੂੰ ਪਤਾ ਸੀ ਇਹਦੀ ਰਾਖੀ ਕਰਨੀ ਪੈਣੀ ਆ, ਇਹ ਜਿਹੜਾ ਅੰਮ੍ਰਿਤ ਵਰਗਾ ਪਾਣੀ ਵਗ ਰਿਹਾ ਹੈ ਨਾ, ਇਹਦੀ ਤੂੰ ਕਿਉਂ ਕਿਹਾ ਪੰਜਾਬ ਵੱਸਦਾ ਗੁਰਾਂ ਦੇ ਨਾਂ ਦੇ ਉੱਤੇ, ਵੀ ਪੰਜਾਬ ਦੀ ਖੇਤ ਦੀ ਮੈਨੂੰ ਰਾਖੀ ਕਰਨੀ ਪੈਣੀ ਹੈ, ਇਹ ਮੇਰੀ ਰੋਟੀ ਆ। ਆਉਣ ਵਾਲੀ ਤੇਰੀ ਕੌਮ ਸਾਰੀ ਸੌਂਗੀ, ਜਿਨ੍ਹਾਂ ਤੋਂ ਤੂੰ ਜਗਾ ਕੇ ਗਿਆ ਸੈਂ। ਜਾਗੋ ਜਾਗੋ ਸੁੱਤਿਓ, ਇਹਨਾਂ ਨੇ ਪੜ੍ਹਨਾ ਹੀ ਛੱਡਤਾ, ਇਹਨਾਂ ਦੇ ਵਿਆਹ ਵੇਖਣ ਵਾਲੇ ਸੀ ਕਿਤੇ, ਇਹਨਾਂ ਦੇ ਵਿਆਹ ਵੇਖਣ ਵਾਲੇ, ਭੰਗੜੇ ਪੈਂਦੇ, ਢੋਲ ਵੱਜਦੇ, ਸ਼ਰਾਬਾਂ ਉੱਡਦੀਆਂ, ਮਾਸ ਉੱਡਦੇ ਇਹਨਾਂ ਦੇ ਵਿਆਹਾਂ 'ਚ ਵੇਖਣ ਵਾਲੇ। ਇੱਥੋਂ ਪਤਾ ਲੱਗਦਾ ਸੀ ਵੀ ਇਹ ਗਹਿਰੇ ਸੌਂ ਗਏ ਨੇ ਹੁਣ, ਅਤੇ ਚੋਰ ਨੂੰ ਪਤਾ ਲੱਗ ਗਿਆ ਵੀ ਇਹ ਗਹਿਰੇ ਸੌਂ ਗਏ, ਚੁੱਕ ਲਓ ਇਹਨਾਂ ਦੀ ਰੋਟੀ ਵੀ, ਹੁਣ ਖੇਤ ਵੀ ਖੁਸਣ ਲੱਗੇ ਨੇ, ਪਾਣੀ ਵੀ ਖੁਸ ਗਿਆ, ਉਹ ਤਾਂ ਖੁਸਿਆ ਪਿਆ ਹੈ, ਉਹ ਤਾਂ ਬੇਈਮਾਨ ਨਾਲ ਲੋਕਾਂ ਨੇ ਦੇ ਵੀ ਦਿੱਤਾ ਹੈ, ਉਹ ਤਾਂ ਸਾਨੂੰ ਭੁਲੇਖਾ ਹੈ। ਇਸ ਕਰਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਹੈ, ਮਹਾਰਾਜ ਹੁਣ ਤਾਂ ਗਰੀਬ ਨਵਾਜ ਨਾ ਦੂਸਰ ਤੋਸੋ, ਗਰੀਬ ਨਵਾਜ ਤੇਰੇ ਤੋਂ ਬਿਨਾਂ ਹੁਣ ਦੂਸਰਾ ਕੋਈ ਨਹੀਂ। ਗਰੀਬ ਨਵਾਜ ਦਇਆ ਕਰੇ, ਅੱਜ ਦਾ ਬਚਨ ਵਿਚਾਰੀਏ। ਅੱਜ ਦੇ ਬਚਨ ਵਿੱਚ ਸਤਿਗੁਰੂ ਬਾਵਨ ਅੱਖਰੀ ਜੀ ਕਹਿੰਦੇ, ਲਾਲਚ ਝੂਠ ਵਿਖੇ ਵਿਆਦ, ਲਾਲਚ ਝੂਠ ਵਿਖੇ ਵਿਆਦ।
ਸਾਰੀਆਂ ਆਦੀਆਂ ਵਿਆਦੀਆਂ ਉਪਾਧੀਆਂ, ਸਾਰਾ ਲਾਲਚ, ਸਾਰਾ ਝੂਠ ਅਤੇ ਸਾਰੇ ਵਿਸ਼ੇ ਵਿਕਾਰ, ਇਹ ਆ ਦੇਈ ਮੈਂ ਵਾਸ, ਇਹ ਸਾਰੀਆਂ ਚੀਜ਼ਾਂ ਹੈਗੀਆਂ ਨਾ ਕਿ ਨਹੀਂ? ਵੀ ਗਿਣਤੀ ਮਿਣਤੀ ਕਰ ਦਿਓ ਵੀ ਨਹੀਂ ਨਹੀਂ ਆਹ ਚੀਜ਼ ਨਹੀਂ ਮੇਰੇ 'ਚ ਹੈਗੀ। ਜਦੋਂ ਗੁਰੂ ਕਹਿ ਰਿਹਾ ਵੀ ਇਹ ਸਾਰਾ ਕੁਝ ਦੇਈ 'ਚ ਵੱਸਦਾ ਹੈ, ਲਾਲਚ, ਝੂਠ, ਵਿਖੇ, ਵਿਆਦ, ਇਹ ਆ ਦੇਈ ਮੈਂ, ਇਸ ਦੇਈ 'ਚ ਇਹ ਚੀਜ਼ਾਂ ਵੱਸਦੀਆਂ। ਆਖਿਆ ਫਿਰ ਤਾਂ ਬੜਾ ਤੜਫਾਉਂਦੀਆਂ ਹੋਣਗੀਆਂ, ਲਾਲਚ ਵੀ, ਝੂਠ ਵੀ, ਵਿਸ਼ੇ ਵਿਕਾਰ ਵੀ, ਇਹ 'ਚ ਬੜਾ ਆਉਂਦੇ। ਹਾਂ, ਸਾਰਿਆਂ ਨੂੰ ਸਤਾਰ ਹੈ, ਮਗਰ ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਜਿਨ੍ਹਾਂ ਗੁਰੂ ਦੀ ਮੱਤ ਰਾਹੀਂ ਅੰਮ੍ਰਿਤ ਨਾਮ ਪਰਮੇਸ਼ੁਰ ਦਾ ਪੀਤਾ, ਨਾਨਕ ਸੁਖ ਨਿਵਾਸ ਨਹੀਂ, ਉਹਨਾਂ ਦੀ ਜ਼ਿੰਦਗੀ ਬੜੀ ਸੁਖੀ ਨਿਵਾਸ ਹੁੰਦੀ, ਉਹਨਾਂ ਦੀ ਜ਼ਿੰਦਗੀ ਬੜੀ ਅੰਮ੍ਰਿਤਮਈ ਹੁੰਦੀ, ਜਿਹੜੇ ਪੀਂਦੇ ਵਾਹਿਗੁਰੂ 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 ਵਾਹਿਗੁਰੂ। ਜੁੜੋ ਵਾਹਿਗੁਰੂ ਵਾਹਿਗੁਰੂ, ਵਿਚਾਰ ਬੰਦ ਕਰੋ ਵਿਚਾਰ, ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਪਾਤਸ਼ਾਹ ਜੀ ਕਹਿੰਦੇ ਵੀ ਇਹ ਜਿਹੜੇ ਲਾਲਚ, ਝੂਠ, ਵਿਖੇ, ਵਿਆਦ ਹੈ, ਇਹਨਾਂ ਤੋਂ ਬਚੀਏ ਕਿਸ ਤਰ੍ਹਾਂ? ਬਚਣਾ ਚਾਹੁੰਦੇ ਹਾਂ ਨਾ, ਆਦੀਆਂ ਵਿਆਦੀਆਂ ਉਪਾਧੀਆਂ, ਖਨਾਮੀਆਂ ਜਿਹੜੀਆਂ ਸਰੀਰ ਦੀਆਂ, ਇਹ ਜਿਹੜਾ ਅੰਦਰਲਾ ਸਭ ਕੁਝ ਰੌਲਾ ਹੈ, ਇਹਨੂੰ ਮਿਟਾਈਏ ਕਿਸ ਤਰ੍ਹਾਂ, ਕਿਹੜੀ ਦਵਾਈ ਖਾਈਏ? ਅਤੇ ਵੇਖੋ ਕਿੰਨੇ ਸੋਹਣੇ ਸ਼ਬਦ ਹੈ, ਲੱਲਾ, ਲੱਲਾ ਅੱਖਰ ਅੱਜ ਲਾਲਚ ਤੋਂ ਸ਼ੁਰੂ ਹੈ। ਲਵ ਔਖ ਦਜਾਹੂ, ਔਖਦ ਉਹ ਲਾਓ, ਜਾਹੂ ਮੈਨੇ ਉਹ ਲਾਓ ਜਿਹਦੇ ਨਾਲ ਦੁੱਖ ਦਰਦ ਤੇ ਮਿਟੇ, ਖਿਨਾਊ ਨਹੀਂ ਇੱਕ ਛਿਨ 'ਚ, ਇਹ ਤੁਹਾਡੇ ਲਾਲਚ ਵੀ ਮਿਟ ਜਾਏ, ਸੱਚਮੁੱਚ ਮਿਟਿਆ। ਮੈਂ ਬਹੁਤ ਸਾਰੇ ਤੁਹਾਡੇ ਚਰਨਾਂ ਸਦਕਾ ਮੈਂ ਉਹਨਾਂ ਗੁਰਮੁਖਾਂ ਨੂੰ ਜਾਣਦਾ, ਲਾਲਚ ਜਿਨ੍ਹਾਂ ਦੇ ਕੋਲੋਂ ਦੀ ਨਹੀਂ ਫਟਕਿਆ, ਹਾਂ ਬੇਖਾਦਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਨਹੀਂ ਆਈ ਹੈ, ਸਰਬੱਤ ਦੇ ਭਲੇ ਦੀ ਬਿਰਤੀ। ਬੀਜ ਵੀ ਨਕਲੀ, ਦਵਾਈਆਂ ਵੀ ਨਕਲੀ, ਸਭ ਕੁਛ ਆ ਰਿਹਾ, ਦਵਾਈ ਦੇਣ ਵਾਲੇ ਵੀ ਨਕਲੀ ਆ, ਪਤਾ ਲੱਗਾ? ਆਹ ਜਿਹੜੀ ਦਰਗਾਹ ਵਿੱਚੋਂ ਆਈ ਦਵਾਈ ਆ ਵਾਹਿਗੁਰੂ ਦਾ ਨਾਮ। ਅੱਜ ਜਦੋਂ ਅਸੀਂ ਕਥਾ ਕਰਦੇ ਹਾਂ ਨਾ ਜੀ, ਅਤੇ ਕਈਆਂ ਕਮੈਂਟ ਕੀਤੇ ਹੁੰਦੇ ਵੀ ਨਾਮ ਜਪਣ ਨਾਲ ਕੀ ਹੋਣਾ ਹੈ, ਧੰਨ ਭਾਗ ਵੀ ਤੁਹਾਨੂੰ, ਤੁਹਾਡੀ ਬੁੱਧੀ ਤੁਹਾਨੂੰ ਧੰਨ ਭਾਗ,
ਮਗਰ ਮੈਂ ਤਰਲਾ ਪਾਊਂਗਾ ਗੁਰੂ ਗੋਬਿੰਦ ਸਿੰਘ ਸਾਹਿਬ, ਇਹਨਾਂ ਨੂੰ ਨਾਮ ਦੀ ਸ਼ਕਤੀ ਦੱਸੋ ਗਰੀਬ ਨਿਵਾਜ, ਕਿਸੇ ਦਿਨ ਇਹਨਾਂ ਦੇ ਇੰਨੇ ਖੇਤ ਤਿਆਰ ਕਰਕੇ ਕਿਤੇ ਇਹਨਾਂ ਦੇ ਮੂੰਹ 'ਚੋਂ ਵੀ ਕੱਢਾ ਦਿਓ ਵਾਹਿਗੁਰੂ। ਖੇਤ ਸੁਰਤ ਦਾ ਤਿਆਰ ਹੋਇਆ ਹੋਵੇ ਅਤੇ ਉਧਰੋਂ ਇਹਨਾਂ ਦੇ ਮੂੰਹ 'ਚੋਂ ਇਹਨਾਂ ਨੂੰ ਪਤਾ ਲੱਗ ਜਾਏ, ਇੱਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਏ ਉਭਾਰਾ, ਜਿਨ ਨਰ ਨਾਮ ਤੁਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਪੁਰਖ ਜਮਨ ਪਗ ਪਰੇ ਤਿਹਾਰੇ। ਇਹਨਾਂ ਨੂੰ ਸਮਝਾ ਦਿਓ ਗਰੀਬ ਨਿਵਾਜ, ਪੁਰਖ ਜਵਨ ਮਿੰਜ ਜਿਹੜੇ ਪੁਰਖ ਤੇਰੀ ਸ਼ਰਨ ਵਿੱਚ ਡਿੱਗ ਪੈਂਦੇ, ਤਿਨਕੇ ਤੁਮ ਸੰਕਟ ਸਭ ਟਾਰੇ, ਰੱਛਾ ਹੋਏ ਤਾਹੇ ਤਿਸ ਦੀਆਂ ਰੱਛਾ, ਇੱਕ ਮਿੰਟ ਲਈ ਨਹੀਂ, ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਇੰਨੇ ਚਿਰ ਚ ਸਾਰੇ ਰਾਹ ਸਾਫ਼ ਕਰ ਲੈਂਦਾ ਤੂੰ। ਦੱਸ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਦਇਆ ਕਰੋ, ਸਮਾਜ ਨੂੰ ਸਮਝਾਓ। ਇਹ ਜਿਹੜੇ ਇੱਥੋਂ ਤੱਕ ਵੀ ਲਿਖਣ ਲੱਗ ਪਏ ਨੇ ਨਾਮ ਜਪਣ ਨਾਲ ਕੀ ਹੋਣਾ ਹੈ, ਮਹਾਰਾਜ ਇਹਨਾਂ ਨੂੰ ਸਮਝਾਓ, ਨਾਮ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਨਾਮ ਬਿਨਾਂ ਤ੍ਰਿਗ ਤ੍ਰਿਗ ਜੀ ਵਾਇਆ ਲਿਖਿਆ ਮਹਾਰਾਜ ਤੁਸੀਂ ਬਾਣੀ 'ਚ, ਇਹ ਤੇਰੇ ਹੀ ਸਿੱਖ, ਥਰਡ ਪਰਸਨ ਕੋਈ ਨਹੀਂ ਲਿਖਦਾ। ਜਿੰਨੇ ਕੁਮਾਰ ਅਤੇ ਲਾਲ ਦੇ ਕਮੈਂਟ ਆਉਂਦੇ ਨੇ, ਜਿੰਨੇ ਬ੍ਰਾਹਮਣ ਵੀਰ ਸਿੰਧ ਤੋਂ ਲਿਖਦੇ ਪਾਕਿਸਤਾਨ ਤੋਂ, ਉਹ ਕਹਿੰਦੇ ਵਾਹ 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 ਵਾਹ। ਅਸੀਂ ਜਿੰਨੇ ਇੱਥੋਂ ਦੇ ਰਹਿਣ ਵਾਲੇ ਹਾਂ, ਪੰਜਾਬ ਦੇ ਜਾਂ ਸਿੱਖ ਸਰੂਪ ਹਾਂ, ਅਸੀਂ ਹੁਣ ਇਹ ਕਹਿਣ ਲੱਗ ਪਏ ਨਾਮ ਨਾਲ ਕੀ ਹੋਣਾ। ਵੇਖੋ ਇੱਕ ਸਿੰਧੀ ਦੇ ਰੋਜ਼ ਕਮੈਂਟ ਹੁੰਦੇ ਆ, ਪਾਕਿਸਤਾਨ ਦਾ ਰਹਿਣ ਵਾਲਾ ਸਿੰਧ ਦਾ, ਉਹ ਕਹਿੰਦਾ ਵੀ ਵਾਹ 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 ਵਾਹ, ਨਾਮ ਦੀ ਮਹਿਮਾ ਨਾਮ ਦੀ ਮਹਿਮਾ ਥੱਲੇ ਲਿਖਦਾ ਹੈ। ਉੱਥੇ ਬੰਬੇ ਦੇ ਕੋਲ ਇੱਕ ਸਿੰਧੀ ਆ ਜਿਹੜਾ ਵਾਹਿਗੁਰੂ ਦਾ ਜਾਪ ਕਰਾ ਰਿਹਾ, ਲੱਖਾਂ ਲੋਕ ਉਹਦੇ ਨਾਲ ਜੁੜਦੇ, ਲੱਖਾਂ ਲੋਕ ਉਹਨੂੰ ਸੁਣਦੇ ਨੇ, ਚਿੱਟੀ ਪੱਗ ਵਾਲਾ ਕੋ ਗੁਰੂ ਕਾ ਸਿੱਖ ਆ, ਉਹ ਨਾਮ ਦੀ ਗੱਲ ਕਰ ਰਹੇ ਨੇ। ਜਿਨ੍ਹਾਂ ਜੇ ਕੇਸ ਨਹੀਂ ਰੱਖੇ ਅਤੇ ਜਿਨ੍ਹਾਂ ਦੇ ਮੂੰਹ 'ਤੇ ਦਾੜੇ 'ਤੇ ਕੇਸ ਨੇ, ਉਹ ਆਖੀ ਜਾਂਦੇ ਨਾਮ ਨਾਲ ਕੀ ਹੋਣਾ ਹੈ। ਇਹ ਤਾਂ ਤੁਹਾਡਾ ਆਪ ਵਿਛੋੜਿਆ ਆਪ ਮਿਲਾਇਆ, ਗਰੀਬ ਨਿਵਾਜ ਇਹਨਾਂ ਦੀ ਵਿਛੜੀ ਸੁਰਤ ਨੂੰ ਸ਼ਬਦ ਨਾਲ ਮਿਲਾਓ ਅਤੇ ਸੁਹਾਗਣਾ ਹੋਣ, ਪਤੀ ਦੀ ਕਦਰ ਲੱਗੇ ਵੀ ਪਤੀ ਕੀ ਚੀਜ਼ ਹੁੰਦੀ। ਸਤਿਗੁਰ ਪਾਤਸ਼ਾਹ ਕਹਿੰਦੇ ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤੇ ਮਿਟੇ ਖਿਨਾਉ। ਇੰਨੇ ਚਿਰ 'ਚ ਇੱਕ ਵਾਰ ਨਾਮ ਔਖਦ ਜਿਹ ਹਿਰਦੇ ਹਿਤਾਵੈ, ਜਿਹਦੇ ਹਿਰਦੇ 'ਚ ਨਾਮ ਦਵਾਈ ਪਿਆਰੀ ਲੱਗ ਗਈ, ਹਿਤਾਵੈ ਹਿੱਤ ਲੱਗ ਗਿਆ, ਪਿਆਰਾ ਲੱਗ ਗਿਆ, ਤਾਹੇ ਰੋਗ ਸੁਪਨੇ ਨਹੀਂ ਆਵੇ। ਵੇਖੋ ਕਿੰਨਾ ਭਰੋਸਾ ਦੇ ਰਿਹਾ ਗੁਰੂ ਸਾਹਿਬ ਜੀ, ਉਹਦੇ ਰੋਗ ਸੁਪਨੇ 'ਚ ਵੀ ਨਹੀਂ ਆਉਂਦੇ, ਸੁਪਨੇ 'ਚ ਵੀ ਕਦੀ ਰੋਗੀ ਨਹੀਂ ਹੁੰਦਾ। ਆਖਿਆ ਦਵਾਈ ਹੈ ਕਿੱਥੇ, ਖਿੰਡਿਆ ਨਾ ਕਰੋ, ਦਵਾਈ ਜਿਹੜੀ ਤੁਸੀਂ ਕਹਿੰਦੇ ਹੋ ਦਵਾਈ ਖਾ ਲਓ ਕਿੱਥੇ ਆ। ਕਹਿੰਦੇ ਹਰ ਔਖਦ ਹਰੀ ਦੇ ਨਾਮ ਦੀ ਦਵਾਈ, ਸਭ ਘੱਟ ਹੈ ਭਾਈ, ਅੰਦਰ ਨਾ ਉਹਨਾਂ ਦਾ ਅੰਮ੍ਰਿਤ, ਘਰ ਹੀ ਮੈਂ ਮਨਮੁੱਖਾਂ। ਵੇਖੋ ਕਿੰਨਾ ਸੋਹਣਾ ਸ਼ਬਦ ਲਿਖਿਆ, ਗਰੀਬ ਨਿਵਾਜ ਸਮਝਾਓ ਮਨੁੱਖਤਾ ਨੂੰ, ਨਾਮ ਔਖਦ ਹਰ ਔਖਦ ਸਭ ਘੱਟ ਹੈ ਭਾਈ। ਮੇਰੇ ਭਰਾਓ,
ਸਮਾਨ ਘਰ ਹੀ ਪਿਆ ਹੈ, ਖਾਣ ਦੀ ਜ਼ਰੂਰਤ, ਜੇ ਕੋ ਖਾਵੇ ਇਹਨੂੰ ਖਾਓ, ਤਿਸਕਾ ਹੋਏ ਉਧਾਰੋ, ਤੁਹਾਡਾ ਭਲਾ ਹੋਵੇ ਲੋਕੋ, ਅੰਦਰ ਹੀ ਨਾਮ ਆ। ਪਤਾ ਲੱਗਾ, ਤੁਸੀਂ ਵੇਖਿਆ ਕਦੀ ਜਿਹੜਾ ਕਣਕ ਦਾ ਦਾਣਾ ਹੁੰਦਾ, ਅੰਕੁਰ ਉਹਦੇ ਅੰਦਰ ਹੁੰਦਾ, ਅੰਕੁਰ ਦਾਣਾ ਨਹੀਂ, ਅੰਕੁਰ ਦਾਣੇ ਦੀ ਪੂਰੀ ਸਤਾ ਬਣੀ, ਉੱਤੇ ਖਿੱਲ ਬਣੀ, ਮਗਰ ਜਦੋਂ ਪੈਲੀ 'ਚ ਸੁੱਟੀਏ ਉਹਦੇ ਵਿੱਚੋਂ ਉੱਗਦਾ ਕਿ ਬਾਹਰੋਂ ਆਉਂਦਾ? ਤੁਸੀਂ ਸੁੱਟੋ ਤਾਂ ਸਹੀ ਪੈਲੀ 'ਚ। ਜਦੋਂ ਗੁਰੂ ਕਹਿ ਰਿਹਾ ਵੀ ਅੰਕਰ ਇਸ ਦਾਣੇ ਦੇ ਵਿੱਚ ਹੀ ਆ, ਅਤੇ ਅੱਜ ਤੁਹਾਨੂੰ ਵੀ ਕਹਿ ਰਿਹਾ, ਹਰ ਔਖਦ ਸਭ ਘੱਟ ਹੈ ਭਾਈ, ਸਾਰਿਆਂ ਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈਗਾ ਹੈ, ਗੁਰ ਪੂਰੇ ਬਿਨ। ਆਹ ਵੀ ਗੱਲ ਸੁਣ ਲਿਓ, ਪਰਮਜੀਤ ਸਿੰਘ, ਸੰਤੋਖ ਸਿੰਘ, ਪਿਆਰਾ ਸਿੰਘ ਨਹੀਂ ਗੱਲ ਬਣਾ ਸਕਦਾ, ਗੁਰ ਪੂਰੇ ਬਿਨ ਵਿਧ ਨਾ ਬਣਾਈ। ਇਹਨੂੰ ਉਗਾਉਣ ਦੀ ਵਿਧੀ ਪੂਰੇ ਗੁਰੂ ਤੋਂ ਬਿਨਾਂ ਨਹੀਂ ਬਣਨੀ, ਪੂਰਾ ਗੁਰੂ ਬਣਾਓ। ਵੇਖੋ ਕਿੰਨੇ ਸਪਸ਼ਟ ਸ਼ਬਦ ਆ ਜੀ, ਪਤਾ ਲੱਗ ਰਿਹਾ, ਗੁਰ ਪੂਰੇ ਬਿਨ ਵਿਧ ਨਾ ਬਣਾਈ, ਤਰੀਕਾ ਨਹੀਂ ਬਣਨਾ। ਗੁਰਪੂਰੇ ਸੰਜਮ ਕਰਦੀ ਆ, ਤਰੀਕਾ ਦੱਸਦਾ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸੰਗਤ ਵਿੱਚ ਜਾਣਾ, ਇਹ ਸੰਜਮ ਆ। ਪਤਾ ਲੱਗਾ ਸੰਜਮ ਬਣੇ ਤਰੀਕਾ, ਇਹ ਗੁਰੂ ਨੇ ਸੰਜਮ ਦਿੱਤਾ। ਗੁਰਪੂਰੇ ਸੰਜਮ ਕਰਦੀ ਆ, ਜਿਹੜਾ ਬੰਦਾ ਉਸ ਸੰਜਮ 'ਚ ਆ ਗਿਆ, ਰਹਿਤ ਵਿੱਚ ਆ ਗਿਆ, ਨਾਨਕ ਤੋ ਫਿਰ ਦੁੱਖ ਨਾਥੀ ਆ। ਇਹਨਾਂ ਗੱਲਾਂ 'ਤੇ ਵਿਸ਼ਵਾਸ ਕਰੀਏ, ਤੁਸੀਂ ਵੀ ਕਰੋ, ਮੇਰੇ ਲਈ ਵੀ ਅਰਦਾਸ ਕਰੋ ਵੀ ਸਤਿਗੁਰੂ ਕਲਗੀਆਂ ਵਾਲਿਆ ਪਾਤਸ਼ਾਹ, ਜੋ ਤੁਸੀਂ ਅੱਜ ਬਿਲਕੁਲ ਲਾਗੇ ਹੋ ਕੇ ਸਾਡੀ ਸੁਰਤ ਦੀਆਂ ਗੱਲਾਂ ਕੀਤੀਆਂ ਨੇ, ਸਾਨੂੰ ਇਹਨਾਂ ਗੱਲਾਂ 'ਤੇ ਵਿਸ਼ਵਾਸ ਆਵੇ, ਵਿਸ਼ਵਾਸ ਆਵੇ। ਗਰੀਬ ਨਿਵਾਜ਼ ਤੁਸੀਂ ਸਾਰੀ ਗੱਲ ਦੱਸਦੀ ਹੈ, ਨਾਮ ਖੁਦ ਜੇ ਹਿਰਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ, ਹਰ ਔਖਦ ਸਭ ਘੱਟ ਹੈ ਭਾਈ, ਗੁਰਪੂਰੇ ਬਿਨ ਵਿਧ ਨਾ ਬਣਾਈ, ਗੁਰਪੂਰੇ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁੱਖ ਨਾ ਥੀਆ। ਗਰੀਬ ਨਿਵਾਜ਼ ਕਿਰਪਾ ਕਰੇ, ਸਾਰੇ ਸਮਾਜ ਦਾ ਭਲਾ ਹੋਵੇ, ਹਿੰਦੂ ਦਾ, ਮੁਸਲਮਾਨ ਦਾ, ਈਸਾਈ ਦਾ, ਜਿਹੜਾ ਜਿਹੜਾ ਰੱਬ ਪ੍ਰਸਤ ਬੰਦਾ ਹੈ, ਗਰੀਬ ਨਿਵਾਜ਼ ਸਾਰਿਆਂ ਦੇ ਸਿਰ 'ਤੇ, ਨਾਸਤਕਾਂ ਦੇ ਸਿਰ 'ਤੇ। ਉਹਨੇ ਲਿਖਿਆ ਆਸਤ ਨਾਸਤਿਕ ਕੋ ਨਾ, ਇਹਦਾ ਕੀ ਅਰਥ ਹੈ? ਆਸਤਿਕ ਅਤੇ ਨਾਸਤਿਕ ਜਿਹੜੇ ਰੱਬ ਨੂੰ ਮੰਨਣ ਵਾਲੇ ਆ ਜਾਂ ਨਾ ਮੰਨਣ ਵਾਲੇ, ਸਾਰਿਆਂ ਲਈ ਕੋਈ ਨਾਮ ਨਹੀਂ, ਇੱਕ ਦਾ ਹੀ ਨਾਂ ਹੈ, ਇੱਕ ਦੇ ਹੀ ਦੋ ਨਾਂ ਨੇ, ਆਸਤਕ ਹੈ ਦੋਵੇਂ ਇੱਕ ਹੀ, ਕਿਤੇ ਆਸਤਕ ਕਿਤੇ ਨਾਸਤਕ ਹੈ ਆ ਵੀ। ਇਹ ਤਾਂ ਨਹੀਂ ਵੀ ਉਹਦੇ 'ਚ ਅੰਦਰ ਕਿਸੇ ਦੀ ਬੈਟਰੀ ਹੋਰ ਫਿੱਟ ਕੀਤੀ ਹੈ, ਬੈਟਰੀ ਸਾਰਿਆਂ 'ਚ ਉਹਦੀ ਹੈ, ਸਭ ਮੈਂ ਜੋਤ ਤਿਸਦੇ ਚਾਨਣ, ਅੱਖਾਂ ਉਹਨਾਂ ਦੀਆਂ 'ਚ ਵੀ ਚਾਨਣ ਜਿਹੜਾ ਉਹਦਾ ਹੀ ਆ, ਕੰਨਾਂ 'ਚ ਸੁਣਨ ਦੀ ਸ਼ਕਤੀ ਉਹਦੀ ਹੈ। ਸਾਰੇ ਸਮਾਜ ਨੂੰ ਸਤਿਗੁਰੂ ਨਾਮ ਜਪਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।